ਨਿਊਜ਼ੀਲੈਂਡ ਦੀ ਸਟੱਡੀ ਲਈ ਦੇਰੀ ਕਿਉਂ ਉੱਠੋ ਤੇ ਕਾਲ ਕਰੋ ESS ਗਲੋਬਲ ਨੂੰ ਤੇ ਪਾਓ ਵੀਜ਼ਾ ਸਮੇਤ ਪੂਰੀ ਕੈਰੀਅਰ ਕਾਉਂਸਲਿੰਗ ਦੀ ਜਾਣਕਾਰੀ ਵਿਦੇਸ਼ ਜਾਣ ਦੇ ਤੁਹਾਡੇ ਸੁਪਨੇ ਪੂਰੇ ਕਰੇਗੀ ਸਾਡੀ ਐਕਸਪਰਟ ਟੀਮ ਕੰਟੈਕਟ ESS ਗਲੋਬਲ 9988350111 ਦੇਸ ਪ੍ਰਦੇਸ ਲਾਈਵ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ ਮੈਂ ਰਣਵੀਰ ਸੰਧੂ ਮੇਰੇ ਨਾਲ ਨੇ ESS ਤੋਂ ਗੁਰਿੰਦਰ ਪੱਟੀ ਜੀ ਇਹ ਪ੍ਰੋਗਰਾਮ ਅਸੀਂ ਹਰ ਵੇਲੇ ਸਹੀ ਮੰਚ ਤੋਂ ਰੋਜ਼ ਪ੍ਰੋਗਰਾਮ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਉਸ ਦੇਸ਼ ਦੀ ਗੱਲ ਹੋਏਗੀ ਜਿਹਦੀ ਕੁਦਰਤ ਤੇ ਕਾਦਰ ਦੀ ਗੋਦ ਦੇ ਵਿੱਚ ਵਸਿਆ ਹੋਇਆ ਖੂਬਸੂਰਤ ਮੁਲਕ ਨਿਊਜ਼ੀਲੈਂਡ ਜਿਹਦੇ ਵਾਸਤੇ ਅਕਸਰ ਹੀ ਵਿਦਿਆਰਥੀ ਅੱਖਾਂ ਦੇ ਵਿੱਚ ਸੁਪਨਾ ਲੈਂਦੇ ਨੇ ਪਰ ਦੁਖਾਂਤ ਇਹ ਹੈ ਕਿ ਪੰਜਾਬ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਜ਼ਰੀਏ ਵਿਦਿਆਰਥੀ ਨੂੰ ਮੋਹਿਤ ਕਰਕੇ ਫਾਈਲਾਂ ਦਾ ਖਿੱਚ ਲਈਆਂ ਜਾਂਦੀਆਂ ਨੇ ਬਟ ਫਾਈਲ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀਆਂ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ ਦਰ ਦਰ ਭਟਕ ਕੇ ਧੱਕੇ ਖਾ ਕੇ 2 ਜਾਂ 3-4 ਮਹੀਨੇ ਬਾਅਦ ਜਦੋਂ ਰਿਜੈਕਸ਼ਨ ਆਉਂਦੀ ਹੈ ਤਾਂ ਫਿਰ ਵਿਦਿਆਰਥੀ ਮੱਥੇ 'ਤੇ ਹੱਥ ਮਾਰ ਕੇ ਕਈ ਵਾਰ ਸੋਚਦਾ ਕਿ ਮੇਰੇ ਕੋਲੋਂ ਗਲਤੀ ਕਿੱਥੇ ਹੋਈ ਹੈ ਸੋ ਉਹਨਾਂ ਗਲਤੀਆਂ ਦਾ ਹੀ ਅੱਜ ਦਾ ਜਿਹੜਾ ਚਰਚਾ ਦਾ ਵਿਸ਼ਾ ਬਣੇਗਾ ਕਿ ਵਿਦਿਆਰਥੀ ਤੋਂ ਗਲਤੀ ਹੁੰਦੀ ਹੈ ਏਜੰਟਸ ਤੋਂ ਹੁੰਦੀ ਹੈ ਜਾਂ ਲਾਲਚ ਬਸ ਕੋਈ ਅਸੀਂ ਗਲਤ ਕਾਗਜ਼ ਲਾਉਂਦੇ ਹਾਂ ਵਿਦਿਆਰਥੀ ਦਾ ਰਿਜੈਕਸ਼ਨ ਦਾ ਕਾਰਨ ਕੀ ਬਣਦਾ ਸਭ ਤੋਂ ਖੂਬਸੂਰਤੀ ਨਿਊਜ਼ੀਲੈਂਡ ਦੀ ਹੈ ਕਿ ਕਦੇ ਵੀ ਕਿਸੇ ਵਿਦਿਆਰਥੀ ਨੂੰ ਰਿਜੈਕਟ ਨਹੀਂ ਕਰਦੀ ਵਿਦਾਊਟ ਕਾਰਨ ਬਾਕੀ ਦੇ ਦੇਸ਼ਾਂ 'ਚ ਕਈ ਵਾਰ ਧੱਕਾ ਹੋ ਜਾਂਦਾ ਅਕਸਰ ਕੈਨੇਡਾ 'ਚ ਦੇਖਿਆ ਗਿਆ ਕਿ ਧੱਕਾ ਹੋ ਜਾਂਦਾ ਪਰ ਨਹੀਂ ਨਿਊਜ਼ੀਲੈਂਡ ਦੇ ਵਿੱਚ ਨਹੀਂ ਹੁੰਦਾ ਫਿਰ ਗਲਤੀ ਕਿੱਥੇ ਹੋ ਰਹੀ ਹੈ ESS ਵੱਲੋਂ ਅੱਜ ਗੁਰਿੰਦਰ ਜੀ ਇਹਨਾਂ ਜਿਹੜੇ ਟੌਪਿਕਸ ਨੇ ਰਿਜੈਕਸ਼ਨਸ ਆਫ ਨਿਊਜ਼ੀਲੈਂਡ ਦੇ ਕਾਰਨ ਨੇ ਕਾਜ਼ਸ ਨੇ ਉਹਨਾਂ ਦੇ ਉੱਪਰ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰਿੰਦਰ ਜੀ ਸਵਾਗਤ ਥੈਂਕ ਯੂ ਵੈਰੀ ਮੱਚ ਰਣਬੀਰ ਜੀ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਕਹਿੰਦੇ ਹੋ ਨਿਊਜ਼ੀਲੈਂਡ ਬਾਰੇ ਹੁਣ ਤੁਸੀਂ ਬਹੁਤ ਡੀਪਲੀ ਜੁੜੇ ਹੋਏ ਨਾਲ ਰਿਸਰਚ ਕਰ ਰਹੇ ਹੋ ਤਸਵੀਰਾਂ ਦੇਖਦੇ ਹੋ ਵੀਡੀਓਜ਼ ਦੇਖਦੇ ਹੋ ਚੱਕਰ ਵੀ ਲਾ ਕੇ ਪਿੱਛੇ ਕਾਲਜਾਂ ਨਾਲ ਸੁਣਿਆ ਕਿ ਮਿਲ ਕੇ ਵੀ ਆਏ ਕਿੱਦਾਂ ਦਾ ਲੱਗਿਆ ਮੁਲਕ ਦੇਖੋ ਬਹੁਤ ਵਧੀਆ ਆਪਾਂ ਇਹ ਮੇਰਾ ਖਿਆਲ ਹੈ ਕਾਫੀ 2-3 ਸ਼ੋਜ਼ ਪਹਿਲੇ ਜਦੋਂ ਆਪਾਂ ਇਹਦੀ ਸ਼ੁਰੂਆਤ ਕੀਤੀ ਸੀ ਦਸੰਬਰ ਦੇ ਮਹੀਨੇ ਤੋਂ ਉਦੋਂ ਨਿਊਜ਼ੀਲੈਂਡ ਬਾਰੇ ਡੈਪਥ ਦੇ ਵਿੱਚ ਇਹ ਸਾਰਿਆਂ ਨੂੰ ਦੱਸਿਆ ਸੀ ਕਿ ਵੀ ਨਿਊਜ਼ੀਲੈਂਡ ਦੇ ਵਿੱਚ ਕਿਹੜੇ ਕਿਹੜੇ ਕੋਰਸ ਲਈ ਕਿਹੜੀ ਜਗ੍ਹਾ ਦੇ ਉੱਤੇ ਜਾਣਾ ਚਾਹੀਦਾ ਕਿ ਕਨੈਕਟੀਵਿਟੀ ਕਿਸ ਤਰੀਕੇ ਜੁੜਦੀ ਹੈ ਅੱਜ ਦੀ ਡੇਟ ਜੇਕਰ ਮੈਂ ਨਿਊਜ਼ੀਲੈਂਡ ਦੀ ਗੱਲ ਕਰ ਲਾਂ ਤਾਂ ਵੀ ਇਹ ਜਦੋਂ ਦਾ ਆਸਟ੍ਰੇਲੀਆ ਦਾ ਇਹ ਆਪਣਾ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸ ਸ਼ੁਰੂ ਹੋਇਆ ਹੈ ਕਿ ਕਾਫੀ ਜ਼ਿਆਦਾ ਦੇਖਿਆ ਜਾਂਦਾ ਕਿ ਵੀ ਟ੍ਰੈਫਿਕ ਉੱਧਰ ਆਸਟ੍ਰੇਲੀਆ ਵੱਲ ਨੂੰ ਤੁਰਿਆ ਹੈ ਜ਼ਿਆਦਾ ਹੋ ਗਿਆ ਜ਼ਿਆਦਾ ਤੁਰਿਆ ਹੈ ਠੀਕ ਹੈ ਕੰਪੈਰੀਟਿਵਲੀ ਕਿ ਮਤਲਬ ਇੱਕ ਟਾਈਮ ਸੀ ਕਿ ਯੂਕੇ ਦੇ ਵਿੱਚ ਇੰਨਾ ਟ੍ਰੈਫਿਕ ਜ਼ਿਆਦਾ ਸੀ ਕਿ ਜਿੰਨਾ ਕੁ ਅੱਜ ਦੀ ਡੇਟ ਦੇ ਵਿੱਚ ਵਾਲਿਊਮ ਸਟੂਡੈਂਟਸ ਆ ਆਸਟ੍ਰੇਲੀਆ ਵੱਲ ਹੈ ਨੋ ਡਾਊਟ ਕਿ ਵੀ ਨਿਊਜ਼ੀਲੈਂਡ ਦਾ ਜਿਹੜਾ ਰੁਝਾਨ ਹੈ ਉਹ ਘਟਿਆ ਨਹੀਂ ਉਹ ਹੋਰ ਵੱਧ ਗਿਆ ਉਹ ਲੋਕਾਂ ਦਾ ਰੁਝਾਨ ਦੇਖ ਕੇ ਕਿ ਵੀ ਜਿਹੜੇ ਆਪਣੇ ਨੌਰਥ ਤੋਂ ਕਿ ਮੈਂ ਜੇ ਸਿਰਫ ਪੰਜਾਬ ਦੀ ਗੱਲ ਕਰ ਲਾਂ ਕਿ ਪੰਜਾਬ ਤੋਂ ਸਟੂਡੈਂਟਸ ਜਿਹੜੇ ਪਿਛਲੇ ਸਾਲ ਦੀ ਉਹਨਾਂ ਦੀ ਗਿਣਤੀ ਦੇਖੀ ਜਾਏ ਕਿ ਵੀ ਆਹ ਜਿਹੜਾ ਸਾਲ ਚੱਲ ਰਿਹਾ 2013 ਦੇ ਵਿੱਚ ਹੁਣ ਤੱਕ 3000 ਜਿਹੜਾ ਸਿਰਫ ਪੰਜਾਬ 'ਚ ਜਿਹੜੇ ਸਟੂਡੈਂਟਸ ਸਕਸੈਸਫੁਲੀ ਉੱਥੇ ਇਹ ਪੜ੍ਹਨ ਲਈ ਗਏ ਨਿਊਜ਼ੀਲੈਂਡ ਦੇ ਵਿੱਚ ਪਰ ਇਹ ਰੇਸ਼ੋ ਤੁਹਾਡੇ ਮੁਤਾਬਕ ਘੱਟ ਨਹੀਂ ਲੱਗ ਰਹੀ ਤੁਹਾਨੂੰ ਬਹੁਤ ਜ਼ਿਆਦਾ ਘੱਟ ਹੈ ਬਟ ਉਸ ਰੁਝਾਨ ਨੂੰ ਦੇਖਦੇ ਹੋਏ ਜੇਕਰ ਇਹ ਟ੍ਰੈਂਡ ਨੂੰ ਉਹ ਫੋਲੋ ਕਰਦੇ ਆ ਕਿ ਇਸੇ ਟ੍ਰੈਂਡ ਨੂੰ ਦੇਖਦੇ ਹੋਏ ਕਿ ਉਹਨਾਂ ਨੇ ਹੋਰ ਸਟੂਡੈਂਟ ਨੂੰ ਕਿਸ ਤਰੀਕੇ ਲਿਆਇਆ ਜਾਵੇ ਐਂਡ ਸਟੂਡੈਂਟ ਦਾ ਮੇਨ ਪਤਾ ਕੀ ਚੀਜ਼ ਆਉਂਦਾ ਜਦੋਂ ਵੀ ਕੋਈ ਗਵਰਨਮੈਂਟ ਇਹ ਆਪਣਾ ਉਸ ਚੀਜ਼ ਨੂੰ ਲੈ ਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਡਿਸਕਸ਼ਨ ਇੱਕ ਚਰਚਾ ਦਾ ਵਿਸ਼ਾ ਬਣਦਾ ਅਤੇ ਉਹਦੇ ਵਿੱਚ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਵੀ ਆਹ ਟ੍ਰੈਂਡ ਕੀ ਚੱਲ ਰਿਹਾ ਕਿ ਵੀ ਸਟੂਡੈਂਟ ਇੱਥੇ ਆ ਕੇ ਕਰਦਾ ਕੀ ਹੈ ਮੈਂ ਕਾਫੀ ਸਕਸੈਸ ਸਟੋਰੀਜ਼ ਦੇਖੀਆਂ ਨਿਊਜ਼ੀਲੈਂਡ ਦੀਆਂ ਕਾਫੀ ਜਿਹੜਾ ਵਾ ਕਿ ਵੀ ਰਿਜੈਕਸ਼ਨਸ ਮਤਲਬ ਉੱਥੇ ਜਾ ਕੇ ਮਤਲਬ ਜਿਹੜੇ ਸਟੂਡੈਂਟ ਉੱਥੇ ਪਹੁੰਚ ਜਾਂਦੇ ਸੈਟਲ ਨਹੀਂ ਹੋ ਪਾਉਂਦੇ ਇੱਥੇ ਫਿਰ ਵਾਪਸ ਆਉਂਦੇ ਆ ਉਹਦੇ ਵਿੱਚ ਇਹ ਹੋ ਜਾਂਦਾ ਕਿ ਜਦੋਂ ਬੰਦਾ ਨਿਊਜ਼ੀਲੈਂਡ ਤੋਂ ਵਾਪਸ ਆ ਗਿਆ ਤਾਂ ਮਤਲਬ ਆਪਣੇ ਘਰਦਿਆਂ ਦਾ 12-13 ਲੱਖ ਰੁਪਈਆ ਇਹ ਕਿ ਜਿਹੜਾ ਵਾ ਉਹ ਡੁਬੋ ਕੇ ਵਾਪਸ ਆਇਆ ਚਲੋ ਜਿਹਦੀ ਤੁਹਾਡੀ ਕਮਾਈ ਉੱਥੇ ਹੋਈ ਉਹ ਇੱਕ ਅਲੱਗ ਹੈ ਬੰਦੇ ਦਾ ਉੱਥੇ ਖਰਚਾ ਵੀ ਉਨਾ ਕੁ ਹੁੰਦਾ ਵਾ ਸੋ ਬਟ ਇੱਕ ਉਹ ਜਿਹੜਾ ਇਹ ਆਪਣਾ ਜਿਹੜਾ ਉਹ ਪਿੱਛੇ ਆ ਜਾਣਾ ਬੰਦੇ ਨੇ 2 ਸਾਲ ਉਹ ਬੜਾ ਔਖਾ ਹੈ ਉਹਦਾ ਜਿਹੜਾ ਮੇਜਰ ਜਿਹੜਾ ਕੋਰ ਰੀਜ਼ਨ ਆਉਂਦਾ ਉਹ ਮੈਕਸੀਮਮ ਮੈਂ ਕਹੂੰਗਾ 99.9% ਕੇਸਿਸ ਦੇ ਵਿੱਚ 0.1% ਹੋਊਗਾ ਕੋਈ ਵਿਚਾਰਾ ਕਿਸਮਤ ਦਾ ਮਾਰਿਆ 99.9% ਕੇਸਾਂ ਦੇ ਵਿੱਚ ਜਿਹੜੇ ਸਟੂਡੈਂਟਸ ਉੱਥੇ ਜਾ ਕੇ ਸੈਟਲਮੈਂਟ ਤੋਂ ਵਾਂਝੇ ਰਹਿੰਦੇ ਸੈਟਲ ਨਹੀਂ ਹੋ ਪਾਉਂਦੇ ਅੱਗੇ ਵੀਜ਼ਾ ਜਿਹੜੇ ਜੋਬ ਲੈਟਰ ਜਦੋਂ ਆਉਣੀ ਹੈ ਕਿ ਵੀ ਉਹ $40,000 ਦੀ ਜੋਬ ਚਾਹੀਦੀ ਹੈ $54,000 ਜਾਂ $55,000 ਦੀ ਜੋਬ ਚਾਹੀਦੀ ਉਹ ਨਹੀਂ ਰਹਿ ਪੂਰਾ ਸਿਰਫ ਇੱਕੋ ਕਾਰਨ ਆ ਜਾਂਦਾ ਕਿ ਵੀ ਜਿਹਦੀ ਸਿਲੈਕਸ਼ਨ ਆਫ ਕੋਰਸ ਉਹ ਏਰੀਏ ਦੇ ਨਾਲ ਸਹੀ ਤਰੀਕੇ ਨਹੀਂ ਹੋਈ ਜਿਸ ਕਰਕੇ ਬੰਦਾ ਉੱਥੇ ਜਾ ਕੇ ਖੱਜਲ ਹੋਇਆ ਵਾ ਜਿੱਦਾਂ ਕਿ ਆਪਾਂ ਜਦੋਂ ਇਹ ਸ਼ੋਆਂ ਦੀ ਆਪਣੀ ਸ਼ੁਰੂਆਤ ਕੀਤੀ ਸੀ ਦਸੰਬਰ ਦੇ ਵਿੱਚ ਮੈਂ ਸਾਰਿਆਂ ਨੂੰ ਇਹ ਚੀਜ਼ ਦੱਸੀ ਸੀ ਕਿ ਵੀ ਕਿਹੜੇ ਸ਼ਹਿਰ ਦੇ ਵਿੱਚ ਕਿਹੜਾ ਕੋਰਸ ਕਰਨ ਲਈ ਜਾਣਾ ਚਾਹੀਦਾ ਕਿ ਵੀ ਉਹ ਇਸ ਕਰਕੇ ਕਿ ਵੀ ਇਹ ਨਹੀਂ ਕਿ ਮਤਲਬ ਉਹ ਜਿਹੜੇ ਮੈਂ ਕਹਿ ਤੇ ਸਿਰਫ ਉੱਥੇ ਉਹੀ ਜਾ ਕੇ ਸਕਸੈਸਫੁਲ ਹੋਣਗੇ ਬਾਕੀ ਨਹੀਂ ਹੋਣਗੇ ਬਟ ਇੱਕ ਟ੍ਰੈਂਡ ਨੂੰ ਦੇਖਦੇ ਹੋਏ ਕਿ ਵੀ ਉੱਥੇ ਕਿਸ ਚੀਜ਼ ਦਾ ਉਸ ਇੱਕ ਪਰਟੀਕੁਲਰ ਏਰੀਆ ਦੇ ਵਿੱਚ ਕਿਸ ਚੀਜ਼ ਦਾ ਸਭ ਤੋਂ ਜ਼ਿਆਦਾ ਜਿਹੜਾ ਵਾ ਔਰ ਰੁਝਾਨ ਦੇਖਣ ਨੂੰ ਮਿਲਿਆ ਆਪਾਂ ਗੱਲ ਕਰ ਰਹੇ ਸੀ ਕਿ ਵੀ ਅਸੀਂ ਗੁਰਿੰਦਰ ਜੀ ਮੈਂ ਮਾਫੀ ਚਾਹੂੰਗਾ ਵਿੱਚ ਰੋਕ ਰਿਹਾ ਅਸੀਂ ਕਈ ਵਾਰੀ ਇਸ ਮੰਚ ਤੋਂ ਮੈਂ ਐਗਜ਼ਾਮਪਲ ਦਿੱਤੀ ਹੈ ਜੇ ਕਿਸੇ ਨੇ ਖੇਤੀਬਾੜੀ ਦਾ ਕੋਰਸ ਕਰਨਾ ਹੈ ਉਹ ਸਭ ਤੋਂ ਪ੍ਰੈਫਰੈਂਸ ਪੰਜਾਬ ਨੂੰ ਦਊਗਾ ਜੇ ਆਪਾਂ
ਇੱਕ ਪੰਜਾਬ ਦੀ ਐਗਜ਼ਾਮਪਲ ਵੀ ਦੇ ਲਈ ਪੰਜਾਬੀ ਚ ਸਮਝਾ ਦੀ ਬਿਲਕੁਲ ਇੱਥੇ ਕੋਈ ਨਾਰੀਅਲ ਦਾ ਕਿਸੇ ਬੰਦੇ ਨੇ ਪ੍ਰੋਜੈਕਟ ਲਾਣਾ ਤਾਂ ਉਹ ਕਾਮਯਾਬ ਨਹੀਂ ਹੋ ਪਾਏਗਾ ਉਹ ਨਹੀਂ ਹੋ ਪਾਏਗਾ ਸੋ ਤੁਹਾਨੂੰ ਜਿਹੜਾ ਜਿੱਥੇ ਹੱਬ ਹੈ ਜਿਸ ਚੀਜ਼ ਦੀ ਪ੍ਰੋਡਕਸ਼ਨਸ ਹੋ ਰਹੀ ਹੈ ਜਿੱਥੇ ਰੂਟਸ ਨੇ ਜਿਸ ਚੀਜ਼ ਦੀਆਂ ਜੇ ਉੱਥੇ ਨਹੀਂ ਤੁਸੀਂ ਜਾਓਗੇ ਫਿਰ ਕਾਮਯਾਬ ਨਹੀਂ ਹੋਣਾ ਬਿਲਕੁਲ ਇਹ ਵਾਲੀ ਚੀਜ਼ ਤੇ ਹੈ ਤਾਂ ਆਪਾਂ ਗੱਲ ਕਰਦੇ ਸੀ ਕਿ ਵੀ ਮਤਲਬ ਹੁਣ ਅੱਗੇ 2014 ਆਉਣ ਵਾਲਾ 2013 ਆਪਣਾ ਬੀਚ ਚੱਲਿਆ ਬੜੀਆਂ ਮਿੱਠੀਆਂ ਕੌੜੀਆਂ ਯਾਦਾਂ ਨਾਲ ਹੈ ਇਹ ਅੱਗੇ ਜਿਹੜੀਆਂ ਮੈਂ ਕਿ ਅੱਗੇ 2014 ਦੀ ਸ਼ੁਰੂਆਤ 'ਚ ਕਿ ਵੱਖਰੀਆਂ ਵੱਖਰੀਆਂ ਕੰਟਰੀਜ਼ ਜਾਂ ਗਵਰਨਮੈਂਟ ਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਕੀ ਝੁਕਾਵ ਰਹਿੰਦਾ ਆਪਾਂ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਸੀ ਨਿਊਜ਼ੀਲੈਂਡ ਦਾ ਇਹ ਜਿਹੜੀਆਂ ਹਜੇ ਤੱਕ ਕਾਲਜਿਸ ਦੇ ਨਾਲ ਡਿਸਕਸ਼ਨਸ ਐਂਡ ਪੋਲੀਟੈਕਨਿਕ ਕਾਲਜਿਸ ਯੂਨੀਵਰਸਿਟੀਜ਼ ਦੇ ਨਾਲ ਡਿਸਕਸ਼ਨਸ ਹੈ ਉਹਦੇ ਵਿੱਚ ਇਹੀ ਚੀਜ਼ ਸਾਹਮਣੇ ਆ ਰਹੀ ਹੈ ਕਿ ਵੀ ਫਰਵਰੀ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ SVP ਲਾਂਚ ਹੋਣ ਲਈ ਜਾ ਰਿਹਾ ਹੈ ਕਿ ਜਿਸ ਤਰੀਕੇ ਆਸਟ੍ਰੇਲੀਆ ਦੇ ਵਿੱਚ ਅੱਜ SVP ਹੈ ਉਸੇ ਤਰੀਕੇ ਹੀ ਨਿਊਜ਼ੀਲੈਂਡ ਦੇ ਵਿੱਚ SVP ਹੋਣ ਜਾ ਰਿਹਾ ਹੈ ਸਿਰਫ ਔਰ ਅੱਜ ਦੀ ਜੇਕਰ ਮੈਂ ਉਹ ਅਨਾਊਂਸਮੈਂਟ ਦੀ ਗੱਲ ਕਰਾਂ 2014 ਦੇ ਵਿੱਚ ਨਿਊਜ਼ੀਲੈਂਡ ਆਪਣਾ ਤਕਰੀਬਨ 20,000 ਇੰਟਰਨੈਸ਼ਨਲ ਸਟੂਡੈਂਟਸ ਨੂੰ ਦੇਖਦੀ ਹੈ ਉੱਥੇ ਜਿਹਦੇ 'ਚੋਂ 65% ਸਟੂਡੈਂਟ ਆਪਣੇ ਨੌਰਥ ਦੇ ਹੁੰਦੇ ਆ ਸੋ 65% ਸਟੂਡੈਂਟ ਮਤਲਬ 10,000 ਤੋਂ ਵੀ ਜ਼ਿਆਦਾ ਵੁੱਡ ਸੇ ਕਿ 12,000 ਸਟੂਡੈਂਟ ਆ ਨੌਰਥ ਵਾਲਾ ਇੰਕਲੂਡਿੰਗ ਦਿੱਲੀ ਅਤੇ ਇਹ ਪੰਜਾਬ 12,000 ਸਟੂਡੈਂਟ ਉਹ 2014 ਦੇ ਵਿੱਚ ਦੇਖਦੇ ਆ ਕਿ ਜਿਹਨੂੰ ਮੈਂ ਕਹਾਂ ਕਿ ਵੀ ਪੁਰਾਣੇ ਸਾਲ ਦੇ ਨਾਲ 4 ਗੁਣਾ ਵੈਸੇ ਹੀ ਇਨਕਰੀਜ਼ਡ ਹੈ ਸੋ ਇਹ ਮਤਲਬ ਅੱਗੇ ਹਾਈ ਕਮਿਸ਼ਨ ਦੇ ਨਾਲ ਜਿਹੜੀਆਂ ਹੈਗੀਆਂ ਮੈਂ ਕਿ ਜਿਹੜੀਆਂ ਉਹਨਾਂ ਦੀਆਂ ਰਿਪੋਰਟਸ ਆ ਰਹੀਆਂ ਉਹ ਵੀ ਇਹੀ ਕਹਿੰਦੀਆਂ ਕਿ ਆਉਣ ਵਾਲਾ ਜਿਹੜਾ ਸਾਲ ਆ 2014 ਔਰ ਨਿਊਜ਼ੀਲੈਂਡ ਵਾਸਤੇ ਬਹੁਤ ਵਧੀਆ ਕਿਉਂਕਿ ਵੀ ਉੱਥੇ 4 ਗੁਣਾ ਸਟੂਡੈਂਟਸ ਨੂੰ ਜਿਹੜਾ ਵਾ ਕਿ ਉਹਨਾਂ ਨੇ ਇਹ ਆਪਣਾ ਵੈਲਕਮ ਕਰਨਾ ਇਸ ਚੀਜ਼ ਨੂੰ ਕਿ ਜਿੱਥੇ ਲਾਸਟ ਈਅਰ 2-3,000 ਸਟੂਡੈਂਟ ਗਿਆ ਉੱਥੇ ਨੈਕਸਟ ਈਅਰ 2014 ਦੇ ਆਰ ਐਕਸਪੈਕਟਿੰਗ ਅਰਾਊਂਡ 12,000 ਸਟੂਡੈਂਟ ਸਿਰਫ ਪੰਜਾਬ ਐਂਡ ਦਿੱਲੀ ਦਾ ਕੁਝ ਕੁਝ ਰੂਲ ਆਏ ਨੇ SVP ਦੇ ਵੀ ਕੀ ਚੀਜ਼ ਚੇਂਜ ਲੈ ਕੇ ਆਏ ਕੁਝ ਨਹੀਂ ਹੋਣਾ ਕਿ ਜੇ ਇਹ SVP ਦੇ ਰੂਲਸ ਆਏ ਨੇ ਉਹ 'ਚ ਬੜਾ ਵਧੀਆ ਇੱਕ ਚੀਜ਼ ਆ ਜਾਣੀ ਹੈ ਕਿ ਵੀ ਤੁਹਾਡੀ ਯੂਨੀਵਰਸਿਟੀ ਤੋਂ ਵੀਜ਼ਾ ਲੈਟਰ ਆਏਗੀ ਜਿਹੜੀ ਵੀਜ਼ਾ ਲੈਟਰ ਆ ਗਈ ਉਹਦੇ ਬਾਅਦ 'ਚ ਤੁਹਾਨੂੰ ਇੱਥੇ ਨਿਊਜ਼ੀਲੈਂਡ ਹਾਈ ਹੁੰਦਾ ਸੀ ਉੱਥੇ ਵੀਜ਼ਾ ਲੈਟਰ ਦਾ ਨਾਮ ਨਿਊਜ਼ੀਲੈਂਡ ਹਾਈ ਕਮਿਸ਼ਨ ਦੇ ਵਿੱਚ ਜਦੋਂ ਅਸੀਂ ਇੱਥੇ ਨਿਊਜ਼ੀਲੈਂਡ ਐਮਬੈਸੀ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਮਤਲਬ ਉਹਦੇ 'ਚ ਵੀਜ਼ਾ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋਣੀ ਜਿਸ ਤਰੀਕੇ ਅੱਜ ਦੀ ਡੇਟ ਜਦੋਂ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਸਾਨੂੰ ਫਿਰ ਹੁੰਦਾ ਕਿ ਪਤਾ ਨਹੀਂ ਵੀਜ਼ਾ ਲੱਗਣਾ ਬੱਚੇ ਨੂੰ ਕਿ ਡਰ ਰਹਿੰਦਾ ਵੇਅਰ ਐਜ਼ ਇਨ ਨਿਊਜ਼ੀਲੈਂਡ ਜਦੋਂ SVP ਸ਼ੁਰੂ ਹੋ ਜਾਏਗਾ ਤਾਂ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੇ ਕਰ ਦੇਣਾ ਕਿ ਵੀ ਆਪਣਾ ਉੱਥੇ ਜਦੋਂ ਯੂਨੀਵਰਸਿਟੀ ਨੇ ਜਾਂ ਉਹ ਜਿਹੜੇ ਉਹਨਾਂ ਦੇ ਪੈਨਲ ਦੇ ਵਿੱਚ ਜਿਹੜੇ ਕਾਲਜਿਸ ਹੋਣੇ ਆ ਜਦੋਂ ਉਹ ਕਾਲਜ ਨੇ ਉਹ ਇਸ਼ੂ ਕਰਤਾ ਅਸੈਸਮੈਂਟ ਕਰਕੇ GT ਦੀ ਅਸੈਸਮੈਂਟ ਕਰਕੇ ਬੱਚੇ ਨੂੰ ਲੈਟਰ ਇਸ਼ੂ ਕਰਤਾ ਜਿਹਨੂੰ ਅਸੀਂ ਵੀਜ਼ਾ ਲੈਟਰ ਕਹਿੰਦੇ ਹਾਂ ਨਾਮ ਉਹਦਾ ਜਲਦੀ ਪਬਲਿਸ਼ ਹੋ ਜੂਗਾ ਜਿਹੜਾ ਵੀਜ਼ਾ ਲੈਟਰ ਆ ਜਾਏਗਾ ਅਤੇ ਦੈਟ ਮੀਨਸ ਇੱਥੋਂ ਬੱਚੇ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਲੈਣ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੋਗੀ ਮੈਂ ਸਾਰੇ ਬੰਦਿਆਂ ਨੂੰ ਕਹੂੰਗਾ ਕਿ ਵੀ ਜਿਹੜੇ ਹੁਣ ਇਹ ਆਪਣਾ ਇਸ ਸਾਲ ਜਿਨ੍ਹਾਂ ਨੇ 12ਵੀਂ ਦੇ ਐਗਜ਼ਾਮ ਦੇਣੇ ਨੇ ਜਾਂ ਜਿਨ੍ਹਾਂ ਨੇ ਇਹ ਲਾਸਟ ਈਅਰ 2013 'ਚ 12ਵੀਂ ਦੇ ਐਗਜ਼ਾਮ ਦੇ ਦਿੱਤੇ ਨਿਊਜ਼ੀਲੈਂਡ ਕਰਨਾ ਚਾਹੁੰਦੇ ਉਹ ਡਿਗਰੀ ਲਈ ਆਪਣੇ ਪੈਸੇ ਨਹੀਂ ਖਰਚ ਸਕਦੇ ਉਹਨਾਂ ਨੂੰ ਲੱਗਦਾ ਕਿ ਨਹੀਂ ਮੈਂ 2 ਸਾਲ ਦਾ ਡਿਪਲੋਮਾ ਜਾਂ 1 ਸਾਲ ਦਾ ਡਿਪਲੋਮਾ ਹੀ ਕਰਨਾ ਵਾ ਕਿ ਮੈਨੂੰ ਪੜ੍ਹਾਈ ਵੱਲ ਨਹੀਂ ਮੈਨੂੰ PR ਮੇਰਾ ਜ਼ਿਆਦਾ ਮੇਨ ਫੋਕਸ ਹੈ ਕਿ ਮੈਂ 3 ਤੋਂ 5 ਸਾਲ ਵੇਟ ਨਹੀਂ ਕਰ ਸਕਦਾ PR ਵਾਸਤੇ ਮੈਨੂੰ 3ਜੇ 4 ਸਾਲ ਹੀ PR ਚਾਹੀਦੀ ਹੈ ਉਹ ਸਟੂਡੈਂਟਸ ਆਪਣੇ ਨਿਊਜ਼ੀਲੈਂਡ ਲਈ ਅਪਲਾਈ ਕਰਨ ਬਟ ਉਹ ਨਿਊਜ਼ੀਲੈਂਡ ਦੀ ਅਪਲਾਈ ਕਰਨ ਤੋਂ ਪਹਿਲੇ ਇੱਕ ਚੀਜ਼ ਜ਼ਰੂਰ ਦੇਖ ਲੈਣ ਕਿ ਵੀ ਜਿਹੜਾ ਕੋਰਸ ਤੁਸੀਂ ਸਿਲੈਕਟ ਕਰਨ ਚੱਲੇ ਹੋ ਜਿਹੜਾ ਕੋਰਸ ਤੁਸੀਂ ਸਿਲੈਕਟ ਕਰਨ ਚੱਲੇ ਹੋ ਉਹ ਜਿਹੜੇ ਸ਼ਹਿਰ 'ਚ ਚੱਲੇ ਹੋ ਕਿ ਉੱਥੇ ਉਸ ਚੀਜ਼ ਦਾ ਫਿਊਚਰ ਹੈ ਜਾਂ ਨਹੀਂ ਹੈ ਮੈਂ ਤਾਂ ਕਹਿੰਦਾ ਮੈਕਸੀਮਮ ਸਟੂਡੈਂਟਸ ਨੂੰ ਜਦੋਂ ਉੱਥੇ ਇਹ ਤੁਹਾਡੇ ਕੋਲ ਇੱਕ ਲਿਸਟ ਪਈ ਹੈ ਕਿ ਵੀ ਉਹ ਸ਼ਾਰਟ ਆਕੂਪੇਸ਼ਨ ਲੌਂਗ ਟਰਮ ਸ਼ਾਰਟ ਆਕੂਪੇਸ਼ਨ ਲਿਸਟ ਪਈ ਹੈ ਉਹਦੇ ਵਿੱਚ ਜਿਹੜੇ ਕੋਰਸਿਸ ਦਾ ਕਿ ਮੈਕਸੀਮਮ ਨੰਬਰ ਆਫ ਸਟੂਡੈਂਟਸ ਨੂੰ ਸਿਰਫ ਉਸ ਕੋਰਸਿਸ ਲਈ ਅਪਲਾਈ ਕਰਨਾ ਚਾਹੀਦਾ ਜੇਕਰ PR ਹੀ ਟਾਰਗੇਟ ਹੈ ਜੇਕਰ ਨਾਲ ਦੇ ਨਾਲ ਪੜ੍ਹਾਈ ਟਾਰਗੇਟ ਹੈ ਤਾਂ ਫਿਰ ਉਹ ਤੁਹਾਡਾ ਡਿਪੈਂਡ ਕਰਦਾ ਕਿ ਵੀ ਤੁਹਾਡੀ ਪੁਰਾਣੀ ਪ੍ਰੋਫਾਈਲ ਕੀ ਹੈ ਉਹਦੇ ਨਾਲ ਚੱਲੋ ਅੱਗੇ ਉਹ ਵਾਲਾ ਜਿਹੜੀ ਪ੍ਰੋਗਰੈਸ਼ਨ ਆ ਉਹ ਕਿਹੜੇ ਏਰੀਆ ਦੇ ਵਿੱਚ ਉਹਦਾ ਜ਼ਿਆਦਾ ਵੈਲਿਊ ਹੈ ਉੱਥੇ ਅਪਲਾਈ ਕਰਨਾ ਚਾਹੀਦਾ ਗਾ ਗੁਰਿੰਦਰ ਜੀ ਪੰਜਾਬੀ 'ਚ ਨਾ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਉਸ ਤੋਂ ਬਾਅਦ ਟੋਨਸ ਨੇ ਜਿਹੜੀਆਂ ਪੰਜਾਬੀ ਦੀਆਂ ਲਹਿਜ਼ਾ ਜਿਹੜਾ ਹੈਗਾ ਕਿ ਬੋਲਣ ਦਾ ਪ੍ਰੋਨਾਂਸੀਏਸ਼ਨ ਜਿਹੜਾ ਹੈਗਾ ਇੱਕ ਤਰੀਕਾ ਸਿਖਾਇਆ ਜਾਂਦਾ ਸੀਗਾ ਉਹਨਾਂ ਦੇ ਉਹ ਮੈਨੂੰ ਅੱਜ ਨਿਊਜ਼ੀਲੈਂਡ ਦੇ ਉੱਪਰ ਪੈਰਾਮੀਟਰ ਇੱਕ ਯਾਦ ਆ ਰਿਹਾ ਵਿਦਆਊਟ ਆਇਲਸ ਨੂੰ ਲੈ ਕੇ ਕਿਹਾ ਜਾਂਦਾ ਸੀਗਾ ਕਿ ਇਹ ਲਾਈਨ ਬੋਲੋ ਕਿ ਉਹ ਆ ਗਿਆ ਸੀ ਇਨਫੋਰਮੇਸ਼ਨਸ ਅਗਲਾ ਸਵਾਲ ਹੁੰਦਾ ਸੀਗਾ ਉਹ ਆ ਗਿਆ ਮਤਲਬ ਇੱਕ ਉਹ ਟੋਨ ਸੀ ਕਿ ਸਵਾਲ ਪੁੱਛਿਆ ਜਾਂਦਾ ਸੀ ਠੀਕ ਹੈ ਨਾ ਹੁਣ ਇੱਕ ਹੈਰਾਨੀ ਵਾਲੀ ਗੱਲ ਹੁੰਦੀ ਸੀ ਕਿ ਉਹ ਆ ਗਿਆ ਕਿ ਵੱਖਰੇ ਵੱਖਰੇ ਕਹਿਣ ਦਾ ਸੈਂਟੈਂਸ ਹੋਈ ਸੀ ਕਹਿਣ ਦਾ ਅੰਦਾਜ਼ਾ ਹਰ ਇੱਕ ਦਾ ਵੱਖਰਾ ਸੀ ਸੋ ਇੱਕ ਹੁੰਦਾ ਕਿ ਵਿਦਆਊਟ ਆਇਲਸ ਸ਼ੁਰੂ ਹੋਇਆ ਮੈਨੂੰ ਲੱਗਦਾ ਕਿ ਪੰਜਾਬੀ ਦੀਆਂ ਇਹਨਾਂ ਸੈਂਟੈਂਸਸ ਵਾਂਗ ਸੈਂਟੈਂਸ ਹੋਈ ਹੈ ਕਿ ਵਿਦਆਊਟ ਆਇਲਸ ਕਹਿਣ ਦਾ ਤਰੀਕਾ ਵੱਖਰਾ ਹੋ ਗਿਆ ਹਰ ਇੱਕ ਏਜੰਟ ਆਪਣਾ ਤਰੀਕਾ ਵੱਖਰਾ ਹੋ ਗਿਆ ਇਸੇ ਪਿੱਛੇ ਲੋਟ ਸੋਟ ਸ਼ੁਰੂ ਹੋ ਗਿਆ ਹੁੰਦਾ ਕਿ ਜਿਹੜਾ ਹੁਣ ਤੁਸੀਂ ਗਿਆ ਨੂੰ ਕਹੂੰਗਾ ਕਿ ਜਦੋਂ ਇੱਕ ਬੰਦੇ ਨੂੰ ਬੜਾ ਵਧੀਆ ਲੱਗਦਾ ਉਹ ਵਾਓ ਆ ਗਿਆ ਯਾਰ ਵੈਰੀ ਗੁੱਡ ਮਤਲਬ ਬਹੁਤ ਵਧੀਆ ਹੈ ਇਹ ਕਹਿੰਦਾ ਯਾਰ ਆਹ ਆ ਗਿਆ ਯਾਰ ਓਹੋ ਹੋ ਸੈਂਟੈਂਸ ਉਹੀ ਹੁੰਦਾ ਸੋ ਚੀਜ਼ ਬਟ ਉਹੀ ਹੈਗੀ ਹੈ ਹੁਣ ਜਿਸ ਤਰੀਕੇ ਹੈ ਕਿ ਵੀ ਅੱਜ ਦੀ ਡੇਟ 'ਚ ਅਸੀਂ ਕਹੀਦਾ ਕਿ ਵੀ ਨਿਊਜ਼ੀਲੈਂਡ ਜਾਣਾ ਹੈ ਜੇਕਰ ਤੁਹਾਡੇ ਆਇਲਸ ਵਿੱਚ ਬੈਂਡ ਘੱਟ ਗਏ ਨੇ ਬਟ 12ਵੀਂ ਦੇ ਵਿੱਚ ਤੁਹਾਡੇ ਇੰਗਲਿਸ਼ 60% ਨੰਬਰ ਹੈ ਜਾਂ ਲਾਗੇ ਚੱਗੇ ਤੁਸੀਂ ਆਪ ਇੰਗਲਿਸ਼ ਬੋਲ ਸਕਦੇ ਹੋ
ਇੰਗਲਿਸ਼ ਸਮਝ ਸਕਦੇ ਹੋ ਤੁਸੀਂ ਨਿਊਜ਼ੀਲੈਂਡ ਦਾ ਵਿਦਆਊਟ ਆਇਲ ਸਪਲਾਈ ਕਰ ਸਕਦੇ ਹੋ ਰਣਵੀਰ ਜੀ ਜੋ ਤੁਸੀਂ ਕੁਐਸਚਨ ਪੁੱਛਿਆ ਉਹਦੇ ਵਿੱਚ ਮੇਜਰਲੀ ਇਹੀ ਹੈ ਕਿ ਵੀ ਮੇਰਾ ਖਿਆਲ ਹੈ ਇਹ ਵਾਲੀ ਚੀਜ਼ ਸਾਹਮਣੇ ਆਉਂਦੀ ਕਿ ਵੀ ਰਿਫਿਊਜ਼ਲਸ ਕਿ ਵੀ ਇਹ ਵਿਦਆਊਟ ਵੀ ਆ ਰਹੀਆਂ ਨੇ ਦੁਕਾਨਦਾਰੀ ਚੱਲ ਪਈ ਹੈ 50000 ਦੇ ਲੈ ਉਹ ਠੀਕ ਹੈ ਉਹ ਠੀਕ ਹੈ ਕਿ ਮੈਂ ਇਹ ਚੀਜ਼ ਦੇਖਿਆ ਕਿ ਵੀ ਕਾਫੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਦੋਂ ਕਿਸੇ ਕੋ ਵਿਦਆਊਟ ਆਇਲ ਤੁਸੀਂ ਆਪਣਾ ਕੇਸ ਲੈ ਜਾਓ ਉਦਾਂ ਤੇ ਕਹਿਣਗੇ ਕਿ ਜੀ ਸਾਡੀ ਕੋਈ ਫੀਸ ਨਹੀਂ ਗੀ ਨਿਊਜ਼ੀਲੈਂਡ ਦਾ ਜਦੋਂ ਅਸੀਂ ਵੀਜ਼ਾ ਅਪਲਾਈ ਕਰੀਦਾ ਬਟ ਜਦੋਂ ਬੰਦਾ ਆ ਜਾਏਗੀ ਵੀ ਵਿਦਆਊਟ ਆਇਲ ਹੈ ਤਾਂ ਕੋਈ 50000 ਕਹਿ ਦੂਗਾ ਤਾਂ ਕੋਈ 2 ਲੱਖ ਰੁਪਈਆ ਕਹਿ ਦੂਗਾ ਸੋ ਇੱਕੋ ਪਲੇਟਫਾਰਮ ਨਹੀਂਗਾ ਕਿ ਵੀ ਜਿਹਦੇ ਵਿੱਚ ਬੈਠ ਕੇ ਜਿਹਦੇ 'ਤੇ ਚੜ ਕੇ ਕਿ ਹਾਂਜੀ ਜੀ ਕਿ ਚਾਹੇ ਵਿਦਆਊਟ ਆਇਲਸ ਹੈ ਚਾਹੇ ਵਿਦ ਆਇਲਸ ਹੈ ਕਿ ਵੀ ਕਾਫੀ ਸਟਰਕਚਰ ਜਿਹੜਾ ਫਿਕਸਡ ਹੈਗਾ ਵਿਦ ਆਇਲਸ ਦੇ ਨਾਲ ਕੋਈ ਇਹ ਨਹੀਂਗਾ ਕਿ ਵੀ ਪੈਸੇ ਤੁਹਾਡੇ ਘੱਟ ਜਾਣੇ ਅਤੇ ਵਿਦਆਊਟ ਆਇਲਸ ਨਾਲ ਇਹ ਨਹੀਂਗਾ ਕਿ ਪੈਸੇ ਤੁਹਾਡੇ ਵੱਧ ਜਾਣੇ ਜੇਕਰ ਵਿਦਆਊਟ ਆਇਲਸ ਆ ਉਹਦੇ ਨਾਲ ਦੇ ਨਾਲ ਇੱਕ ਕੰਡੀਸ਼ਨ ਹੈ ਕਿ ਵੀ ਜੇਕਰ ਤੁਹਾਡੇ ਇੰਗਲਿਸ਼ ਦੇ ਵਿੱਚ 12ਵੀਂ ਦੇ ਵਿੱਚ 60% ਨੰਬਰ ਹੈ ਤੁਸੀਂ ਅੱਗੇ ਕਰ ਸਕਦੇ ਹੋ ਨਿਊਜ਼ੀਲੈਂਡ ਦਾ ਵਿਦਆਊਟ ਆਇਲਸ ਅਪਲਾਈ ਜੇਕਰ ਉਹਦੇ ਨਾਲ ਨਾਲ ਉਸਦੇ ਨਾਲ ਨਾਲ 60% ਨੰਬਰ ਹੈ ਠੀਕ ਹੈ ਉਹਦੇ ਨਾਲ ਨਾਲ ਦੋ ਸ਼ਰਤਾਂ ਹੋਰ ਹੈ ਪਹਿਲੀ ਸ਼ਰਤ ਕਿ ਵੀ ਤੁਹਾਡਾ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਹੈ ਉਹ ਇੰਗਲਿਸ਼ ਹੋਣਾ ਚਾਹੀਦਾ ਤੁਸੀਂ ਆਪਣੇ ਕਾਲਜ ਆਪਣੇ ਸਕੂਲ ਤੋਂ ਲਿਖਾ ਕੇ ਦੇਣਾ ਕਿ ਪਿਛਲੇ 4 ਤੋਂ 5 ਸਾਲਾਂ ਤੋਂ ਤੁਹਾਡਾ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਸੀ ਉਹ ਇੱਕ ਲੈਟਰ ਦੇ ਰੂਪ ਦੇ ਵਿੱਚ ਕਾਲਜ ਤੋਂ ਚਾਹੀਦਾ ਹੋਏਗਾ ਦੂਸਰੀ ਚੀਜ਼ ਕਿ ਤੁਹਾਨੂੰ ਇੰਗਲਿਸ਼ ਬੋਲਣੀ ਐਂਡ ਉਹ ਸੁਣਨੀ ਆਉਣੀ ਚਾਹੀਦੀ ਹੈ ਸਮਝਣੀ ਆਉਣੀ ਚਾਹੀਦੀ ਹੈ ਕਿਉਂਕਿ ਮੈਂ ਫਿਰ ਕਹਿੰਦਾ ਕਿ ਆਇਲਸ ਦੀ ਜਿਹੜੀ ਇੰਪੋਰਟੈਂਸ ਹੈ ਆਪਾਂ ਕਿਸੇ ਵੀ ਉਹਦੀ ਆਪਣੇ ਕੰਟਰੀ ਵਾਸਤੇ ਅਸੀਂ ਅਪਲਾਈ ਕਰ ਲਈਏ ਆਇਲਸ ਅੱਜ ਦੀ ਡੇਟ 'ਚ ਹਰ ਕੋਈ ਬੰਦਾ ਮੈਂਡੇਟਰੀ ਉਹ ਕਹਿ ਰਿਹਾ ਵਾ ਉਹਦੇ 'ਚ ਰੀਜ਼ਨ ਇੱਕ ਹੀ ਹੈ ਸਿਰਫ ਇੱਕ ਹੀ ਰੀਜ਼ਨ ਹੈ ਕਿ ਅਸੀਂ ਜਿਹੜੇ ਮੁਲਕ 'ਚ ਪੜ੍ਹਨ ਚੱਲੇ ਹਾਂ ਨਾ ਉਹ 'ਤੇ ਸਾਡੀ ਪੜ੍ਹਾਈ ਦਾ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਆ ਉਹ ਇੰਗਲਿਸ਼ ਹੈ ਅਤੇ ਜੇਕਰ ਅਸੀਂ ਇੱਥੋਂ ਸਾਨੂੰ ਇੰਗਲਿਸ਼ ਬੋਲਣੀ ਸੁਣਨੀ ਲਿਖਣੀ ਨਹੀਂ ਆਊਗੀ ਤਾਂ ਸਾਡੇ ਉੱਤੋਂ ਪੜ੍ਹਾਈ ਜਾਣੀ ਹੈ ਅਸੀਂ ਫੇਲ ਹੋ ਜਾਵਾਂਗੇ ਅਸੀਂ ਉੱਥੇ ਕਾਮਯਾਬ ਨਹੀਂ ਹੋ ਸਕਦੇ ਅੱਜ ਜਿਹੜੇ ਤੁਸੀਂ ਕਿਸੇ ਵੀ ਉਹਦੇ ਆਪਣਾ ਦੇਸ਼ ਦੇ ਵਿੱਚ ਜਾਂਦੇ ਹੋ ਜਦ ਤੱਕ ਤੁਸੀਂ ਆਪਣਾ ਕੋਰਸ ਕੰਪਲੀਟ ਨਹੀਂ ਕਰ ਲੈਣਾ ਗਾ ਤਦ ਤੱਕ ਅੱਗੇ PR ਜਾਂ ਵਰਕ ਪਰਮਿਟ ਦੀ ਗੱਲ ਹੀ ਨੇੜੇ ਤੇੜੇ ਨਹੀਂ ਆਉਂਦੀ ਉਹਦੇ ਬਾਅਦ 'ਚੋਂ ਬੰਦਾ ਪੈਸੇ ਦੀ ਪੰਡ ਚੁੱਕੀ ਫਿਰਦਾ ਕਿ ਵੀ ਪੈਸੇ ਲੈ ਲਾ ਮੇਰਾ ਕੰਮ ਕਰਦੇ ਬਟ ਫਿਰ ਵੀ ਬੰਦਿਆਂ ਦੇ ਕੰਮ ਨਹੀਂ ਹੁੰਦੇ ਸੋ ਇਸ ਕਰਕੇ ਜਿਹੜਾ ਆਪਣਾ ਕਦਮ ਚੱਕ ਰਹੇ ਹੋ ਅੱਜ ਉਹ ਸੋਚ ਸਮਝ ਕੇ ਕਰੋ ਵਿਦਆਊਟ ਆਇਲਸ ਜਿਹੜੇ ਵੀ ਸਟੂਡੈਂਟ ਅਪਲਾਈ ਕਰ ਰਹੇ ਜੇਕਰ ਵਿਦਆਊਟ ਆਇਲਸ ਆ ਡਸ ਨਾਟ ਮੀਨ ਕਿ ਵੀ ਉਹਨਾਂ ਦੀ ਕੋਈ ਫੀਸ ਜ਼ਿਆਦਾ ਲੱਗਣੀ ਹੈ ਜਾਂ ਘੱਟ ਲੱਗਣੀ ਹੈ ਜੋ ਵਿਦ ਆਇਲਸ ਵਾਲਿਆਂ ਦੀ ਲੱਗਣੀ ਉਹੀ ਉਹਨਾਂ ਦੀ ਫੀਸ ਲੱਗਣੀ ਜਿੰਨੇ ਵੀ ਸਟੂਡੈਂਟਸ ਵਿਦਆਊਟ ਆਇਲਸ ਆਪਣਾ ਕੇਸ ਅਪਲਾਈ ਕਰ ਰਹੇ ਆ ਉਹਨਾਂ ਨੂੰ ਇੰਟਰਵਿਊ ਦੀ ਕਾਲ ਆਊਗੀ ਜਿਸ ਤਰੀਕੇ ਇੱਕ ਬੱਚਾ ਮੇਰੇ ਕੋਲ ਆਇਆ ਕਹਿੰਦਾ ਜੀ ਮੈਂ ਇਸੇ ਕਰਕੇ ਕਹਿੰਦਾ ਕਿ ਜਦੋਂ ਮੇਰੇ ਸ਼ੋਜ਼ ਦੇਖ ਰਹੇ ਹੋ ਨਾ ਕਾਈਂਡਲੀ ਸ਼ੋਜ਼ ਨੂੰ ਬੜੇ ਧਿਆਨ ਨਾਲ ਸੁਣੋ ਕਿਉਂਕਿ ਅਸੀਂ ਮੈਂ ਔਰ ਰਣਵੀਰ ਔਰ ਪੂਰੀ ਸਾਡੀ ਸਮੁੱਚੀ ਟੀਮ ਸਮੇਤ ਕੈਮਰਾਮੈਨ ਐਂਡ ਬਾਕੀ ਸਟਾਫ ਅਸੀਂ ਇੰਨੀ ਰਾਤਾਂ ਝਾਕ ਝਾਕ ਕੇ ਜਿਹੜਾ ਹੈਗਾ ਵਾ ਕਿ ਵੀ ਇਸ ਚੀਜ਼ ਨੂੰ ਇੱਕ ਉਹ ਕੰਟੈਂਟ ਕਿ ਵੀ ਕੀ ਸਮੱਸਿਆਵਾਂ ਅੱਜ ਦੀ ਡੇਟ ਪੰਜਾਬ 'ਚ ਲੋਕਾਂ ਨੂੰ ਆ ਰਹੀਆਂ ਕਿੱਥੇ ਜਾ ਕੇ ਲੋਕ ਖੱਜਲ ਹੋ ਰਹੇ ਆ ਐਂਡ ਕਿੱਥੇ ਜਾ ਕੇ ਉਹਨਾਂ ਦਾ ਮਤਲਬ ਇਹਦਾ ਕੀ ਸਹੀ ਸਲਿਊਸ਼ਨ ਹੋ ਸਕਦਾ ਕਿ ਸਾਡੀ ਇਹ ਮੁਹਿੰਮ ਜਿਹੜੀ ਚਲਾਈ ਹੈ ਕਿ ਇਹਦੇ ਵਿੱਚ ਇਹ ਬਹੁਤ ਜ਼ਿਆਦਾ ਬਹੁਤ ਨਹੀਂ ਬਹੁਤ ਹੀ ਜ਼ਿਆਦਾ ਸਾਡੀ ਮਿਹਨਤ ਇਨਵੋਲਵਡ ਹੈ ਸੋ ਇਹਨੂੰ ਜਿਹੜੇ ਵੀ ਬੰਦਿਆਂ ਦੇ ਉੱਤੇ ਢੁੱਕਦਾ ਇਹ ਵਾਲੀ ਚੀਜ਼ ਨੂੰ ਧਿਆਨ ਨਾਲ ਸੁਣੋ ਕਿ ਅੱਗੇ ਇਹੀ ਚੀਜ਼ ਤੁਹਾਨੂੰ ਸਕਸੈਸ ਦਵਾਊਗੀ ਕੰਮ ਆਊਗੀ ਐਂਡ ਜੇਕਰ ਤੁਹਾਡਾ ਫਾਇਦਾ ਹੋਊਗਾ ਤਾਂ ਸਾਨੂੰ ਸੀਸਾ ਆਪਣੇ ਆਪ ਚੱਲ ਕੇ ਗੁਰਿੰਦਰ ਜੀ ਇੱਥੇ ਇੱਕ ਚੀਜ਼ ਤੁਹਾਨੂੰ ਨਹੀਂ ਲੱਗਦਾ ਕਿ ਮੈਂ ਇੱਕ ਮਿੰਟ ਹੋਰ ਆਇਲਸ ਵਾਲੇ ਦਾ ਮੈਂ ਉਹ ਕੰਪਲੀਟ ਕਰ ਲਵਾਂ ਉਹ ਮੇਰਾ ਵਿੱਚ ਰਹਿ ਗਿਆ ਸੀ ਕਿ ਆਇਲਸ ਵਾਲਾ ਬੱਚਾ ਸਟੂਡੈਂਟ ਆਇਆ ਮੇਰੇ ਕੋਲ ਕਹਿੰਦਾ ਜੀ ਕਿ ਵੀ ਮੇਰੀ ਇੰਟਰਵਿਊ ਆਈ ਮੈਂ ਇੰਟਰਵਿਊ 'ਚ ਫੇਲ ਹੋ ਗਿਆ ਕਿਉਂਕਿ ਉਹਨਾਂ ਨੇ ਮੈਨੂੰ ਏਜੰਟ ਨੇ ਕਹਿਤਾ ਕਿ ਵੀ ਆਪਣਾ ਤੂੰ ਇੰਟਰਵਿਊ ਜਿਸ ਤਰੀਕੇ ਕਹਿੰਦਾ ਜੀ ਮੈਨੂੰ ਉਹਨੇ 3 ਦਿਨ ਤਿਆਰੀ ਕਰਾਈ 3 ਦਿਨ ਤਿਆਰੀ ਕਰਾ ਕੇ ਮੇਰੇ ਹੱਥ ਜੋੜਦੇ ਭਰਾਵਾ ਤੈਨੂੰ ਜਿੱਦਾਂ ਚੰਗਾ ਲੱਗਦਾ ਉੱਦਾਂ ਕਰ ਲੈ ਇਹ ਨਾ ਕਹੀਂ ਕਿ ਮੇਰੇ ਕੋਲੋਂ ਅਪਲਾਈ ਕੀਤਾ ਕਹਿੰਦਾ ਜੀ ਮੇਰੀ ਇੰਟਰਵਿਊ ਆਈ ਅਤੇ ਮੈਂ ਪੰਜਾਬੀ 'ਚ ਇੰਟਰਵਿਊ ਦੇ ਦਿੱਤੀ ਅਤੇ ਵੀ ਮੇਰੀ ਐਪਲੀਕੇਸ਼ਨ ਰਿਜੈਕਟ ਹੋ ਗਈ ਹੁਣ ਉਹਦੇ 'ਚ ਕਹਿੰਦਾ ਭਾਅ ਜੀ ਮੈਂ ਤੁਹਾਡਾ ਕੱਲ੍ਹ ਨਾ ਸ਼ੋਅ ਦੇਖਿਆ ਤੁਸੀਂ ਕਹੀ ਕਿ ਇੰਟਰਵਿਊ ਪੰਜਾਬੀ 'ਚ ਵੀ ਦੇ ਸਕਦੇ ਹੋ ਅਤੇ ਫਿਰ ਮੇਰਾ ਵੀਜ਼ਾ ਕਿਉਂ ਰਿਜੈਕਟ ਹੋਇਆ ਸੋ ਮਾਰੇ ਗਏ ਹੱਥ ਜੋੜੇ ਔਰ ਤੁਹਾਡੇ ਸਾਰਿਆਂ ਸਾਹਮਣੇ ਜੋੜਦਾ ਕਿ ਵੀ ਜਦੋਂ ਅਸੀਂ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਨੂੰ ਮਿਕਸ ਨਾ ਕਰੋ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਨੂੰ ਮਿਕਸ ਨਾ ਕਰੋ ਜਦੋਂ ਤੁਸੀਂ ਆਸਟ੍ਰੇਲੀਆ ਦੀ ਐਪਲੀਕੇਸ਼ਨ ਲਗਾ ਰਹੇ ਹੋ ਵਿਦਆਊਟ ਆਇਲਸ ਨਹੀਂ ਲੱਗਣੀ ਆਸਟ੍ਰੇਲੀਆ ਦੀ ਕੋਈ ਵੀ ਐਪਲੀਕੇਸ਼ਨ ਵਿਦਆਊਟ ਆਇਲਸ ਨਹੀਂ ਲੱਗਣੀ ਜੇਕਰ ਅਸੀਂ 572 573 ਜਾਂ SVP ਦੇ ਅੰਦਰ ਐਪਲੀਕੇਸ਼ਨ ਦਰਜ ਕਰ ਰਹੇ ਹਾਂ ਸੋ ਜਦੋਂ ਅਸੀਂ ਐਪਲੀਕੇਸ਼ਨ ਆਪਣੀ ਦਰਜ ਕਰ ਰਹੇ ਹਾਂ ਨਿਊਜ਼ੀਲੈਂਡ ਵਾਸਤੇ ਉਹਦੇ ਵਿੱਚ ਤੁਸੀਂ ਵਿਦਆਊਟ ਆਇਲ ਜਾ ਸਕਦੇ ਹੋ ਕਿਉਂਕਿ ਚੰਦ ਯੂਨੀਵਰਸਿਟੀਜ਼ ਐਂਡ ਕਾਲਜਿਸ ਤੁਹਾਡਾ ਇੰਟਰਵਿਊ ਲੈਂਦੀਆਂ ਤੁਹਾਡਾ ਟੈਸਟ ਲੈਂਦੀਆਂ ਉਹਦੇ ਬੇਸਿਸ ਦੇ ਉੱਤੇ ਤੁਹਾਨੂੰ ਇੱਕ ਸਰਟੀਫਿਕੇਟ ਇਸ਼ੂ ਕਰਦੀਆਂ ਜਿਹਦੇ ਬੇਸਿਸ ਦੇ ਉੱਤੇ ਤੁਹਾਨੂੰ ਇੱਥੋਂ ਵੀਜ਼ਾ ਮਿਲ ਜਾਂਦਾ ਬਟ ਉੱਥੇ ਜਦੋਂ ਆਸਟ੍ਰੇਲੀਆ 'ਚ ਫਾਈਲ ਗਈ ਉੱਥੇ ਤੁਹਾਡਾ ਸਬੂਤ ਲੱਗਾ ਹੈ ਕਿ ਵੀ ਇਹ ਬੱਚੇ ਨੇ ਆਇਲਸ ਕੀਤੀ ਹੋਈ ਹੈ ਇਹਨੂੰ ਇੰਗਲਿਸ਼ ਬੋਲਣੀ ਆਉਂਦੀ ਔਰ ਇਹਦਾ ਲੈਵਲ ਇਹ ਹੈ ਔਰ ਉਹਦੇ ਬਾਅਦ 'ਚੋਂ ਜਦੋਂ ਤੁਹਾਡੀ ਇੰਟਰਵਿਊ ਲੈਂਦਾ ਅਤੇ ਉਹ ਪੁੱਛੂਗਾ ਕਿ ਵੀ ਤੁਸੀਂ ਕਿਹ 'ਚ ਗੱਲ ਕਰਨਾ ਚਾਹੁੰਦੇ ਹੋ ਪੰਜਾਬੀ 'ਚ ਹਿੰਦੀ 'ਚ ਇੰਗਲਿਸ਼ ਉਰਦੂ 'ਚ ਕਿਹ 'ਚ ਗੱਲ ਕਰਨਾ ਚਾਹੁੰਦੇ ਹੋ ਜਿਹੜੀ ਤੁਹਾਨੂੰ ਕੰਫਰਟੇਬਲ ਹੈ ਉਹ 'ਚ ਪੁੱਛੂਗਾ ਕਿਉਂਕਿ ਉਹਨੂੰ ਪਤਾ ਤੁਹਾਨੂੰ ਇੰਗਲਿਸ਼ ਆਉਂਦੀ ਔਰ ਇਸ ਬੇਸ 'ਤੇ ਤੁਹਾਡਾ ਵੀਜ਼ਾ ਨਹੀਂ ਰਿਜੈਕਟ ਕਰ ਸਕਦਾ ਵੇਅਰ ਐਜ਼ ਇਨ ਨਿਊਜ਼ੀਲੈਂਡ ਜੇਕਰ ਤੁਸੀਂ
ਔਰ ਅਗਲਿਆਂ ਕੋ ਕੋਈ ਸਬੂਤ ਵੀ ਨਹੀਂਗਾ ਕਿ ਤੁਹਾਨੂੰ ਇੰਗਲਿਸ਼ ਆਂਦੀ ਹੈ ਜਾਂ ਨਹੀਂ ਆਂਦੀ ਸਵਾਏ ਦੋ ਸਰਟੀਫਿਕੇਟਸ ਇੱਕ ਜਿਹੜਾ ਤੁਹਾਡੇ ਸਕੂਲ ਨੇ ਲਿਖਿਆ ਕੀਤਾ ਬਟ ਉਹ ਚੋਂ ਇਹ ਨਹੀਂ ਲਿਖਿਆ ਸਕੂਲ ਨੇ ਕਿ ਇਹ ਬੰਦੇ ਨੂੰ ਇੰਗਲਿਸ਼ ਆਂਦੀ ਹੋਣੀ ਇਹ ਲਿਖਿਆ ਕਿ ਤੁਹਾਡਾ ਮੀਡੀਅਮ ਆਫ ਇਨਸਟਰਕਸ਼ਨ ਜਿਹੜਾ ਉਹ ਇੰਗਲਿਸ਼ ਰਿਹਾ ਤੇ ਤੁਹਾਨੂੰ ਜਿਹੜਾ ਯੂਨੀਵਰਸਿਟੀ ਨੇ ਕੀਤਾ ਉਹਨੇ ਇਹ ਕਿਹਾ ਕਿ ਵੀ ਮੈਂ ਬੱਚੇ ਦਾ ਟੈਸਟ ਲਿੱਤਾ ਮੈਨੂੰ ਇਹਦੀ ਇੰਗਲਿਸ਼ ਬਿਲਕੁਲ ਠੀਕ ਲੱਗੀ ਹੈ ਕਿ ਹੀ ਇਜ਼ ਏਬਲ ਟੂ ਅੰਡਰਸਟੈਂਡ ਐਂਡ ਫਾਲੋ ਦਾ ਕੋਰਸ ਕਿ ਜਦੋਂ ਇੱਥੇ ਆਊਗਾ ਨਿਊਜ਼ੀਲੈਂਡ ਦੇ ਵਿੱਚ ਇਹ ਆਪਣਾ ਕੋਰਸ ਫਾਲੋ ਕਰ ਸਕਦਾ ਐਂਡ ਆਪਣਾ ਪੜ੍ਹ ਸਕਦਾ ਯੂਨੀਵਰਸਿਟੀ ਜਦੋਂ ਇੱਥੇ ਅੰਬੈਸੀ ਨੇ ਦੇਖਣਾ ਹੈ ਉਹਨੇ ਇਹ ਦੇਖਣਾ ਕਿ ਇਹ ਜੋ ਯੂਨੀਵਰਸਿਟੀ ਨੇ ਲਿਖਿਆ ਰਾਈਟ ਲਿਖਿਆ ਜਾਂ ਇਹਦੇ ਵਿੱਚ ਏਜੰਟ ਦਾ ਕੁਝ ਕਾਲਾ ਮਲਾ ਇੰਟਰਵਿਊ ਕਰਨੀ ਹੈ ਕਿ ਏਜੰਟ ਦਾ ਕੁਝ ਕਾਲਾ ਮਲਾ ਕੀਤਾ ਕਿਉਂਕਿ ਏਜੰਟ ਵੀ ਗਈ ਆਪਣੇ ਬੰਦੇ ਬਿਠਾ ਕੇ ਜਿਹੜਾ ਨਾ ਨਿਊਜ਼ੀਲੈਂਡ ਦੀਆਂ ਇੰਟਰਵਿਊਜ਼ ਕਲੀਅਰ ਕਰਾਉਂਦੇ ਸੋ ਸਿਸਟਮ ਅਬਿਊਜ਼ ਹੋ ਰਿਹਾ ਵਿਦਆਊਟ ਆਇਲਸ ਵਾਲਾ ਸੋ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਵੀ ਜਿਹੜੇ ਵਿਦਆਊਟ ਆਇਲਸ ਨਿਊਜ਼ੀਲੈਂਡ ਜਾਣਾ ਚਾਹੁੰਦੇ ਜੇਕਰ ਅੱਜ ਕੋਈ ਸਿਸਟਮ ਵਧੀਆ ਸ਼ੁਰੂ ਹੋਇਆ ਤੇ ਉਹਨੂੰ ਕਾਈਂਡਲੀ ਅਬਿਊਜ਼ ਨਾ ਕਰੋ ਕਿ ਵੀ ਜਿਹੜੇ ਵਾਕਈ ਹੀ ਡਿਜ਼ਰਵ ਜਿਹੜੇ ਸਟੂਡੈਂਟਸ ਕਰਦੇ ਆ ਡਿਜ਼ਰਵਿੰਗ ਕੈਂਡੀਡੇਟਸ ਹੈਗੇ ਆ ਕਿਤੇ ਇਹ ਨਾ ਹੋਵੇ ਕਿ ਵੀ ਆਹ ਵਾਲੇ ਦੇ ਉੱਤੇ ਵੀ ਫੁੱਲ ਸਟੋਪ ਲੱਗ ਜੇ ਜਿੱਦਾਂ ਅੱਜ ਬਾਕੀ ਚੀਜ਼ਾਂ ਦੇ ਉੱਤੇ ਲੱਗਾ ਤਾਂ ਜੋ ਜਿਹੜੇ ਡਿਜ਼ਰਵਿੰਗ ਕੈਂਡੀਡੇਟਸ ਆ ਉਹੀ ਹਮੇਸ਼ਾ ਜਿਹੜੇ ਨਾ ਆਪਣਾ ਭੁੱਕਾ ਮਾਰ ਮਾਰ ਹੁੰਦੇ ਆ ਕਿ ਵੀ ਇਹ ਮੈਂ ਕਰ ਸਕਦਾ ਸੀ ਕਿ ਭਾਅ ਜੀ ਮੇਰੀ ਗਲਤੀ ਕੀ ਕਿ ਮੇਰੇ ਜਦੋਂ ਵਾਰੀ ਆਉਂਦੀ ਉਦੋਂ ਕਿਸਮਤ ਸਾਥ ਛੱਡ ਜਾਂਦੀ ਹੈ ਇਹ ਨਾਰਮਲੀ ਆ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੁਹਾਨੂੰ ਨਹੀਂ ਲੱਗਦਾ ਇੱਕ ਚੀਜ਼ ਇਹਦੇ ਵਿੱਚ ਪ੍ਰੋਵੋਕ ਕੀਤਾ ਜਾਂਦਾ ਹੈ ਏਜੰਟਸ ਦੇ ਵੱਲੋਂ ਇਸ ਕਰਕੇ ਰੋਕ ਰਿਹਾ ਕਿ ਮੁੱਦਾ ਬਿਲਕੁਲ ਤੁਹਾਡੀ ਗੱਲ ਨਾਲ ਰਿਲੇਵੈਂਸ ਹੈ ਵਿਦ ਆਇਲਸ ਮੈਨੂੰ ਨਹੀਂ ਲੱਗਦਾ ਕਿ ਇੰਨਾ ਸੈਂਸਿਟਿਵ ਹੈ ਵਿਦਆਊਟ ਆਇਲਸ ਇੱਕ ਏਜੰਟ ਲਈ ਜ਼ਿਆਦਾ ਸੈਂਸਿਟਿਵ ਹੈ ਇੱਕ ਵਿਦਿਆਰਥੀ ਨੇ ਮੈਨੂੰ ਐਗਜ਼ਾਮਪਲ ਦੀ ਦੋ ਦੋਸਤ ਇੱਕ ਏਜੰਟ ਕੋਲ ਜਾਂਦੇ ਨੇ ਇੱਕ ਜਿਹੜਾ ਹੈਗਾ ਵਿਦਿਆਰਥੀ ਪਹਿਲਾ ਸਵਾਲ ਪੁੱਛਦਾ ਹੈ ਅਲੱਗ ਅਲੱਗ ਏਜੰਟਸ ਕੋਲ ਕਿ ਮੈਨੂੰ ਵਿਦਆਊਟ ਆਇਲਸ ਨਿਊਜ਼ੀਲੈਂਡ ਜਾਣਾ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਹ ਚੀਜ਼ਾਂ ਮੈਨੂੰ ਦੇ ਸਕਦੇ ਹੋ ਜਿਹੜੀਆਂ ਤੁਸੀਂ ਹੁਣੇ ਕਹੀਆਂ ਨੇ ਕਿ ਸਕੂਲ ਤੋਂ ਲਿਖਾਓ ਜਾਂ MOI ਹੋਣਾ ਚਾਹੀਦਾ ਉਹਨੇ ਦਿੱਤਾ ਉਹ ਕਹਿੰਦੇ ਜੀ ਵੀਜ਼ਾ ਲੱਗ ਜੂਗਾ ਆਪਣੇ ਆਪ ਹੀ ਜੱਜਮੈਂਟ ਕਰਤੀ ਅਸੈਸਮੈਂਟ ਨਹੀਂ ਕੀਤੀ ਇੱਕ ਜਿਹੜਾ ਦੂਜਾ ਉਹਦਾ ਦੋਸਤ ਸੀ ਉਹ ਕਹਿੰਦੇ ਜੀ ਮੈਨੂੰ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਤਾਂ ਦੱਸੀਆਂ ਕਿ ਵਿਦਆਊਟ ਆਇਲਸ ਜਾਣ ਦੀਆਂ ਸ਼ਰਤਾਂ ਨੇ ਪਰ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਵੀਜ਼ਾ ਨਹੀਂ ਲੱਗਣਾ ਪਹਿਲਾਂ ਸਾਡੀ ਟੀਮ ਤੁਹਾਡੀ ਇੰਟਰਵਿਊ ਲਊਗੀ ਜਾਂ ਅਸੈਸਮੈਂਟ ਕਰੂਗੀ ਮੈਨੂੰ ਲੱਗਦਾ ਇੱਥੇ ਆ ਮੁੱਦਾ ਜ਼ਿਆਦਾ ਸੈਂਸਿਟਿਵ ਹੈ ਕਿ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੱਚੇ ਨੂੰ ਇੰਗਲਿਸ਼ ਆਉਂਦੀ ਹੈ ਜਾਂ ਨਹੀਂ ਆਉਂਦੀ ਨਹੀਂ ਆਉਂਦੀ ਹੈ ਇਹ ਸਭ ਤੋਂ ਜ਼ਿਆਦਾ ਹੈ ਕਿ ਵੀ ਸ਼ਰਤਾਂ ਇੱਕ ਤੁਸੀਂ ਪੂਰੀਆਂ ਕਰ ਲਈਆਂ ਬਹੁਤ ਵਧੀਆ ਗੱਲ ਹੈ ਬਟ ਇੰਗਲਿਸ਼ ਆਉਂਦੀ ਹੈ ਜਾਂ ਨਹੀਂ ਆਉਂਦੀ ਇਹ ਫਾਈਨਲ ਜਦੋਂ ਬੰਦਾ ਚੈੱਕ ਕਰਦਾ ਇਹਦੇ ਪਹਿਲੇ ਲੈਵਲ ਤੇ ਗਰਾਊਂਡ ਦੇ ਉੱਤੇ ਕਿ ਮਤਲਬ ਜਦੋਂ ਅਸੀਂ ਇੱਕ ਬੀਜ ਉਹ ਆਪਾਂ ਉਹ ਕਰਨ ਜਾ ਰਹੇ ਹਾਂ ਕਿ ਉਹ ਕੀਤੀ ਹੈ ਜੀ ਖੁਦਾਈ ਕੀਤੀ ਪਾ ਲੱਗਿਆ ਇਸ ਸੀਡ ਵਿੱਚ ਇਹਦੇ ਉਸੇ ਲੈਵਲ ਦੇ ਉੱਤੇ ਸਾਨੂੰ ਪਤਾ ਲੱਗ ਜਾਂਦਾ ਕਿ ਮਿੱਟੀ ਜਿਹੜੀ ਹੈਗੀ ਉਹ ਪੱਧਰੀ ਹੈ ਇਹ ਬੰਜਰ ਹੈ ਜਾਂ ਇਹ ਉਪਜਾਊ ਹੈ ਇਹ ਸਾਨੂੰ ਉੱਥੇ ਹੀ ਦੇਖ ਕੇ ਪਤਾ ਲੱਗ ਜਾਂਦਾ ਪੈਰ ਘਸੀੜ ਕੇ ਸਾਨੂੰ ਪਤਾ ਲੱਗ ਜਾਂਦਾ ਸੋ ਸਾਨੂੰ ਲੰਬੀ ਚੌੜੀ ਉਹਦੇ ਵਿੱਚ ਉਹ ਕਿੰਤੂ ਪ੍ਰੰਤੂ ਨਹੀਂ ਬਟ ਕਈ ਲੋਕ ਕਿ ਸਿਰਫ ਕਿਸਮਤ ਅਜਮਾਉਂਦੇ ਉਹ ਕਹਿੰਦੇ ਪਤਾ ਨਹੀਂ ਯਾਰ ਮੈਂ ਬੱਚੇ ਦੀ ਕਿਸਮਤ ਦੇ ਸ਼ਾਇਦ ਪੈਸੇ ਕਮਾ ਲੈਣਗੇ ਬੱਚੇ ਨੇ ਮੇਰੀ ਕਿਸਮਤ ਦਾ ਚੱਲ ਗਿਆ ਇੱਦਾਂ ਕੁਛ ਨਹੀਂ ਹੁੰਦਾ ਜਦੋਂ ਇਹ ਚੀਜ਼ ਵੈਲਿਡ ਹੈ ਬਟ ਇਹ ਕਿਸ ਹੱਦ ਤੱਕ ਜੇਕਰ ਉਹ ਇੱਕ ਅੱਖਾਂ ਬੰਦ ਕਰਕੇ ਉਹ ਸਿਸਟਮ ਚੱਲਦਾ ਰਹੇ ਅਤੇ ਮਤਲਬ ਉਹ ਕੀ ਹੈ ਦੇਸ਼ ਪ੍ਰਦੇਸ਼ ਉਹ ਚੱਲ ਰਿਹਾ ਅਸੀਂ ਇੱਥੇ ਡੀਜੇ ਲਾਉਣਾ ਸ਼ੁਰੂ ਕਰ ਦਈਏ ਕਿ ਕਿੰਨੇ ਕੁ ਦਿਨ ਤੁਸੀਂ ਲੋਕਾਂ ਨੇ ਵੇਖਣਾ ਉਸੇ ਦਿਨ ਆਪਣੇ ਜਿਹੜੇ TV ਦੇ ਚੈਨਲ ਚੇਂਜ ਹੋਏ ਨੇ ਅੱਜ ਜਿੰਨਾ ਕੁ ਪਿਆਰ ਮਿਲਦਾ ਜਿਸ ਤਰੀਕੇ ਦਾ ਫੀਡਬੈਕ ਆਉਂਦਾ ਮਤਲਬ ਅਸੀਂ ਮੈਂ ਤਹੇ ਦਿਲੋਂ ਉਹਦਾ ਮਤਲਬ ਧੰਨਵਾਦੀ ਹਾਂ ਸਾਰਿਆਂ ਦਾ ਕਿ ਵੀ ਕਾਫੀ ਇਸ ਤਰੀਕੇ ਦੇ ਫੀਡਬੈਕ ਆਉਂਦੇ ਆ ਕਿ ਜੀ ਇਹ ਵੀਜ਼ਾ ਅਸੀਂ ਅਪਲਾਈ ਕੀਤਾ ਸੀ ਕਿਸੇ ਚੀਜ਼ ਕਰਕੇ ਰੁਕ ਗਿਆ ਸਾਨੂੰ ਸਾਡੀ ਕਮੀ ਪਤਾ ਲੱਗ ਗਈ ਅੰਬੈਸੀ ਨੂੰ ਈਮੇਲ ਕੀਤਾ ਜੀ ਆਹ ਵਾਲੀ ਚੀਜ਼ ਇਸ ਤਰੀਕੇ ਈਮੇਲ ਅਪਲੋਡ ਕੀਤੀ ਵੀਜ਼ਾ 15 ਦਿਨ 'ਚ ਆ ਗਿਆ ਬਿਲਕੁਲ ਠੀਕ ਹੈ ਸੋ ਇਸ ਤਰੀਕੇ ਦੀ ਵੀ ਹੈ ਕਿ ਜਿਨ੍ਹਾਂ ਨੇ ਆਪਣਾ ਕਿਤੋਂ ਹੋਰ ਵੀ ਅਪਲਾਈ ਕੀਤਾ ਹੁੰਦਾ ਉਹਨਾਂ ਨੂੰ ਵੀ ਫਾਇਦਾ ਹੁੰਦਾ ਮਤਲਬ ਇਹ ਇਕੱਲਾ ਬਿਜ਼ਨਸ ਨਹੀਂ ਇਹ ਮੇਰੀ ਔਰ ਰਣਬੀਰ ਦੀ ਇੱਕ ਸਾਂਝੀ ਇੱਕ ਜਿਲੋ ਕਹਿ ਲਓ ਨਾ ਕਿ ਮੁਹਿੰਮ ਚਲਾਈ ਹੋਈ ਹੈ ਕਿ ਵੀ ਘਰ ਘਰ ਅਵੇਅਰਨੈਸ ਪਹੁੰਚਾਉਣੀ ਸੋ ਅੱਜ ਸਾਡਾ ਜਿਹੜਾ ਮੁੱਦਾ ਸੀ ਉਹ ਨਿਊਜ਼ੀਲੈਂਡ ਸੀ ਕਿ ਆਉਣ ਵਾਲਾ ਟਾਈਮ ਨਿਊਜ਼ੀਲੈਂਡ ਵਾਸਤੇ ਬਹੁਤ ਵਧੀਆ ਕਿ 20,000 ਐਪਲੀਕੈਂਟਸ ਨੂੰ ਇਹ ਆਪਣਾ ਜਿਹੜਾ ਵਾ ਇੰਟਰਨੈਸ਼ਨਲ ਸਟੂਡੈਂਟਸ ਦੀ ਉਹਨਾਂ ਨੇ ਕੈਪਿੰਗ ਕੀਤੀ ਹੈ ਠੀਕ ਹੈ ਜਿਹਨੂੰ ਮੈਂ ਸਹੀ ਵਰਡ ਕਹੂੰਗਾ ਕਿ 20,000 ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਪ ਕੀਤਾ ਕਿ ਜਿਹ 'ਚੋਂ 65% ਨੌਰਥ ਦਾ ਹੁੰਦਾ ਆਈ ਵੁੱਡ ਸੇ ਕਿ ਪੰਜਾਬ ਦਾ ਹੁੰਦਾ ਵਾ ਸੋ ਇਸ ਕਰਕੇ ਕਿਉਂਕਿ ਪੰਜਾਬੀਆਂ ਲਈ ਸਾਡੇ ਕੋਰਸ ਬੜੇ ਵਧੀਆ ਉੱਥੇ ਜੇਕਰ ਮੈਂ ਡੇਰੀ ਫਾਰਮਿੰਗ ਦੀ ਗੱਲ ਕਰ ਲਾਂ ਜੇਕਰ ਮੈਂ ਵੁੱਡ ਮੈਨੂਫੈਕਚਰਿੰਗ ਦੀ ਗੱਲ ਕਰ ਲਾਂ ਨਰਸਿੰਗ ਦੀ ਕਰ ਲਾਂ IT ਕਰ ਲਾਂ ਮੈਨੇਜਮੈਂਟ ਕਰ ਲਾਂ ਇਹ ਰਿਟੇਲ ਮੈਨੇਜਮੈਂਟ ਦੀ ਕਰ ਲਾਂ ਬਟ ਹਰ ਇੱਕ ਕੋਰਸ ਦਾ ਇੱਕ ਪਰਟੀਕੁਲਰ ਏਰੀਆ ਡਿਫਾਈਂਡ ਹੈ ਹੁਣ ਜੇਕਰ ਮੈਂ ਇਹ ਡੇਰੀ ਫਾਰਮਿੰਗ ਦਾ ਕੋਰਸ ਮੈਂ ਜਾ ਕੇ ਆਕਲੈਂਡ ਕਰਨਾ ਸ਼ੁਰੂ ਕਰਦਾ ਤਾਂ ਮੇਰਾ ਫਿਊਚਰ ਕਿਸ ਤਰੀਕੇ ਦਾ ਹੋਏਗਾ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਜੇਕਰ ਹੈਗੀ ਹੈ ਤਾਂ ਉਹੀ ਹੈ ਕਿ ਵੀ ਬੜਾ ਉਹ ਮੈਨੂੰ ਅੱਗੇ ਜੌਬ ਦੀ ਆਫਰ ਲੈਟਰ ਲੱਭਣੀ ਪੈਣੀ $55,000 ਮੈਨੂੰ ਮੁੜ ਤੋਂ ਕਿਸੇ ਨੇ ਨੌਕਰੀ ਨਹੀਂ ਦੇਣੀ ਪੰਜਾਬ ਦੇ ਵਿੱਚ ਜਿਹੜੀ ਗੁਰਿੰਦਰ ਜੀ ਨੇ 3 ਹੱਬ ਦੀ ਗੱਲ ਕੀਤੀ ਹੈ ਡੇਰੀ ਦੀ ਉਹ ਪੰਜਾਬ ਦਾ ਹਰ ਬੰਦਾ ਡਾਇਰੈਕਟ ਜਾਂ ਇਨਡਾਇਰੈਕਟ ਘੱਟੋ ਘੱਟ ਖੇਤੀ ਨਾਲ ਜਾਂ ਦੁੱਧ ਨਾਲ ਕਿਤੇ ਨਾ ਕਿਤੇ ਜੁੜਿਆ ਹੈ ਅਗਲਾ ਟੌਪਿਕ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਵੁੱਡ ਮੈਨੂਫੈਕਚਰਿੰਗ ਦੀ ਆਸਟ੍ਰੇਲੀਆ ਤੋਂ ਇਲਾਵਾ ਜਿਹੜਾ ਨਿਊਜ਼ੀਲੈਂਡ ਹੈ ਉਹਦੇ ਵਿੱਚ ਹੋਟਲ ਅਤੇ ਘਰ
ਤਕਰੀਬਨ 99.99 ਜਿਹੜੇ ਉਹ ਲੱਕੜ ਦੇ ਨੇ ਪੰਜਾਬ ਦੇ ਵਿੱਚ ਵੀ ਜੇ ਤੁਸੀਂ 1 ਕਰੋੜ ਰੁਪਿਆ ਘਰ ਤੇ ਲਾਉਨੇ ਤਾਂ 30 ਲੱਖ ਰੁਪਿਆ ਤੁਹਾਡਾ ਤੀਜਾ ਹਿੱਸਾ ਲੱਕੜ ਤੇ ਲੱਗ ਜਾਂਦਾ ਸੋ ਸਾਨੂੰ ਕਿਤੇ ਨਾ ਕਿਤੇ ਉਸ ਚੀਜ਼ ਦੀ ਵੀ ਸੋਝੀ ਹੈ ਹੋਟਲ ਮੈਨੇਜਮੈਂਟ ਪੰਜਾਬ ਦੀ ਮਹਿਮਾਨ ਨਿਵਾਜ਼ੀ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੈ ਭਾਵੇਂ ਕੁਝ ਕਾਰਨਾਂ ਕਰਕੇ ਅੱਜ ਪੰਜਾਬ ਸਾਡਾ ਕਈ ਪੱਖਾਂ ਤੋਂ ਬਦਨਾਮ ਹੋ ਗਿਆ ਪਰ ਮਹਿਮਾਨ ਨਿਵਾਜ਼ੀ ਪੱਖੋਂ ਹੋਟਲ ਮੈਨੇਜਮੈਂਟ ਪੱਖੋਂ ਕੁੱਕਰੀ ਪੱਖੋਂ ਇਸ ਚੀਜ਼ਾਂ ਜਿਹੜੀਆਂ ਸਾਡੀਆਂ ਖੂਨ ਦੇ ਵਿੱਚ ਖਾਣਾ ਪਕਾਉਣਾ ਮਹਿਮਾਨ ਨਿਵਾਜ਼ੀ ਕਰਨੀ ਰਚੀਆਂ ਹੋਈਆਂ ਨੇ ਸੋ ਅਗਲਾ ਟੌਪਿਕ ਜਿਹੜਾ ਹੈਗਾ ਸਾਡਾ ਇਹ ਵੀ ਹੈ ਗੁਰਿੰਦਰ ਜੀ ਜਿਵੇਂ ਦੋ ਟੌਪਿਕ ਤੁਸੀਂ ਦੱਸੇ ਕਿ ਵਿਦਆਊਟ ਆਇਲਸ ਵੇਚਿਆ ਜਾ ਰਿਹਾ ਗਲਤ ਕੋਰਸ ਐਂਡ ਸਿਟੀ ਦੇ ਨਾਲ ਕੰਬੀਨੇਸ਼ਨ ਜੇ ਸਹੀ ਨਹੀਂ ਹੈ ਤਾਂ ਵੀ ਰਿਜੈਕਸ਼ਨਸ ਆ ਸਕਦੀ ਹੈ ਕੀ ਰਿਜੈਕਸ਼ਨ ਦਾ ਕਾਰਨ ਇਹ ਵੀ ਬਣਦਾ ਕਿ ਬਹੁਤ ਸਾਰੇ ਵਿਦਿਆਰਥੀਆਂ ਦਾ ਗੈਪ ਹੁੰਦਾ ਹੈ ਇਹ ਆਮ ਪ੍ਰਚਲਿਤ ਗੱਲ ਹੈਗੀ ਹੈ ਪੰਜਾਬ ਦੇ ਵਿੱਚ ਸਾਂਝਾ ਗੱਠਜੋੜ ਕਹੂੰਗਾ ਮੈਂ ਵਿਦਿਆਰਥੀ ਤੇ ਏਜੰਟ ਤਾਲਮੇਲ ਕਰ ਲੈਂਦੇ ਨੇ ਜੀ ਮੇਰੇ ਕੋ ਹੈ ਨਹੀਂ ਮੈਂ ਸਰਟੀਫਿਕੇਟ ਬਣਵਾ ਕੇ ਦੇ ਦਿੰਦਾ ਹੈਗਾ ਸੋ ਇੱਥੇ ਇੱਕ ਜਿਹੜੀ ਹੈਗੀ ਮਾਰ ਪਈ ਜਾਂਦੀ ਹੈ ਬਹੁਤ ਸਾਰੇ ਵਿਦਿਆਰਥੀ ਜੈਨੂਨ ਨੇ ਜੈਨੂਨ ਕੰਮ ਕਰਦੇ ਨੇ ਪਲੱਸ 2 ਤੋਂ ਬਾਅਦ ਮੰਨ ਲਓ ਉਹਨਾਂ ਨੇ ਆਈਟੀਆਈ ਦਾ ਕੋਰਸ ਕੀਤਾ ਪਲੰਬਰ ਦਾ ਹੀ ਕੰਮ ਕਰ ਰਹੇ ਨੇ ਉਹਨੂੰ ਵੀ ਡਰਾ ਦਿੱਤਾ ਜਾਂਦਾ ਕਿ ਤੇਰਾ ਬਹੁਤ ਜ਼ਿਆਦਾ ਗੈਪ ਹੈਗਾ ਬਟ ਦੋ ਡੈਫੀਨੇਸ਼ਨਸ ਤੁਹਾਡੇ ਤੋਂ ਪੁੱਛਣੀ ਚਾਹੂੰਗਾ ਇੱਕ ਵਿਦਿਆਰਥੀ ਪਲੱਸ 2 ਤੋਂ ਬਾਅਦ ਬਿੱਲਾ ਫਿਰਦਾ ਉਹਦੀ ਰਿਜੈਕਸ਼ਨ ਦਾ ਕਾਰਨ ਕੀ ਹੋ ਸਕਦਾ ਜਿਹਨੇ ਨਿਊਜ਼ੀਲੈਂਡ ਅਪਲਾਈ ਕੀਤਾ ਇੱਕ ਰੂਟੀਨ ਦੇ ਵਿੱਚ ਆਪਣਾ ਵਰਕ ਜਿਹੜਾ ਹੈਗਾ ਕਰ ਰਿਹਾ ਡਿਊਟੀਜ਼ ਕਰ ਰਿਹਾ ਉਹਦਾ ਐਕਸਪੀਰੀਅੰਸ ਹੈ ਗੈਪ ਦੋਵਾਂ ਦਾ ਬਰਾਬਰ ਹੈ ਸਟੱਡੀ ਦਾ ਬਟ ਇੱਕ ਵਿਲ ਹੈ ਤੇ ਇੱਕ ਨੇ ਅਪਲਾਈ ਕੀਤਾ ਦੇਖੋ ਇੱਕ ਜਿਹੜਾ ਵਿਲ ਹੈ ਜੇਕਰ ਡਿਪੈਂਡ ਕਰਦਾ ਕਿ ਉਹਦੇ ਬੰਦੇ ਨੇ ਕਿਹੜੇ ਕੋਰਸ ਲਈ ਅਪਲਾਈ ਕੀਤਾ ਔਰ ਜਿਹੜਾ ਸਟੇਟਮੈਂਟ ਆਫ ਪਰਪਸ ਜਦੋਂ ਲਿਖਿਆ ਗਿਆ ਉਹਨੂੰ ਮਤਲਬ ਕਿਸ ਤਰੀਕੇ ਪ੍ਰੈਜ਼ੈਂਟ ਕੀਤਾ ਗਿਆ ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਆਮ ਤੌਰ ਤੇ ਦੇਖੀਦਾ ਕਿ ਯਾਰ ਅੱਜ ਕੱਲ ਪੈਕਿੰਗ ਦਾ ਮੁੱਲ ਰਹਿ ਗਿਆ ਕਿ ਵੀ ਅੰਦਰ ਚੀਜ਼ ਭਾਵੇਂ ਉਹ ਨਕਮੀ ਹੋਵੇ ਜੇ ਕਿਸੇ ਨੂੰ ਵਧੀਆ ਪੈਕਿੰਗ ਕਰਕੇ ਗਿਫਟ ਦੇ ਉਹਨਾਂ ਦਾ ਇੱਕ ਵਾਰ ਬੱਲੇ ਬੱਲੇ ਜ਼ਰੂਰ ਹੁੰਦੀ ਹੈ ਸੋ ਆਹ ਜਿਹੜਾ ਪੈਕਿੰਗ ਵਾਲਾ ਹੈ ਇਹ ਪ੍ਰੈਜ਼ੈਂਟੇਸ਼ਨ ਵਾਲੀ ਚੀਜ਼ ਹੈ ਕਿ ਵੀ ਇਹ ਸਟੇਟਮੈਂਟ ਆਫ ਪਰਪਸ ਜਦੋਂ ਅਸੀਂ ਬਣਾਉਣੀ ਹੈ ਕਿ ਵੀ ਬੰਦੇ ਨੇ ਪਿੱਛੇ ਕੀ ਕੀਤਾ ਜੇ ਉਹ 12ਵੀਂ ਤੋਂ ਬਾਅਦ ਸਾਲ 2 ਸਾਲ ਵਿਹਲਾ ਰਿਹਾ ਉਹਨੇ ਕੀ ਉਹਦਾ ਫਾਦਰ ਉਹ ਫਾਰਮਰ ਉਹਨਾਂ ਦਾ ਆਪਣਾ ਡੇਰੀ ਫਾਰਮ ਹੈ ਉਹ ਆਪਣਾ ਕੀ ਕੋਈ ਕਾਰੋਬਾਰ ਕਰਦਾ ਵਾ ਕਿਸ ਤਰੀਕੇ ਦਾ ਕਾਰੋਬਾਰ ਜਾਂ ਦੁਕਾਨ ਤੇ ਬੈਠਦਾ ਰਿਹਾ ਖੇਤਾਂ 'ਚ ਕਰਦਾ ਰਿਹਾ ਮੈਂ ਕਹਿੰਦਾ ਜੀ ਚਾਹੇ ਕਰਨੇ ਹੀ ਦੁਕਾਨ ਹੈ 12ਵੀਂ ਕੀਤੀ ਜੀ ਕਰਿਆਨੇ ਹੀ ਦੁਕਾਨ ਆ ਉਹ ਆਪਣੇ ਬਾਪ ਦੇ ਨਾਲ ਕਰਿਆਨੇ ਹੀ ਦੁਕਾਨ ਤੇ ਉੱਤੇ ਬੈਠ ਗਿਆ ਅੱਗੇ ਰਿਟੇਲ ਵਾਲੇ ਲਈ ਰਜਿਸਟਰ ਆ ਜਾਵੇ ਕਿ ਹਾਂ ਯਾਰ ਕਿ ਵੀ ਮੇਰੇ ਕੋਲ ਐਕਸਪੀਰੀਅੰਸ ਕੋਈ ਨਹੀਂ ਬਟ ਮੈਂ ਆਪਣੇ ਬਾਪ ਦੇ ਨਾਲ ਮਦਦ ਕੀਤੀ ਬਿਕੋਜ਼ ਆਫ ਸਮ ਫਾਈਨੈਂਸ਼ੀਅਲ ਸਰਕਮਸਟੈਂਸਸ ਮੈਂ ਨਹੀਂ ਕਰ ਪਾਇਆ ਹੁਣ ਮੈਨੂੰ ਸੁਝੀ ਹੈ ਤੇ ਅੱਗੇ ਮੈਂ ਹੁਣ ਕਰਨਾ ਚਾਹੁੰਦਾ ਔਰ ਮੇਰਾ ਜਿਹੜਾ ਵਾ ਇੱਕ ਮੇਰੇ ਕੋਲ ਪ੍ਰੈਕਟੀਕਲ ਐਕਸਪੀਰੀਅੰਸ ਵੀ ਹੈ ਦੂਸਰਾ ਪਹਿਲੂ ਆ ਜਾਂਦਾ ਕਿ ਜੀ 12ਵੀਂ ਕੀਤੀ ਹੈ ਏਜੰਟ ਕਿਸੇ ਭਾਈ ਸਾਹਿਬ ਨੇ ਕਿਹਾ ਤਾਂ 2 ਸਾਲਾਂ ਦਾ ਜੀ ਗੈਪ ਹੈ ਤੁਸੀਂ ਇੱਦਾਂ ਕਰੋ ਐਕਸਪੀਰੀਅੰਸ ਬਣਾ ਲਿਓ ਜੀ ਐਕਸਪੀਰੀਅੰਸ ਬਣ ਜਾਂਦਾ ਬੰਦੇ ਨੇ ਕੰਮ ਉੱਥੇ ਕੀਤਾ ਨਹੀਂ ਹੁੰਦਾ ਨਿਊਜ਼ੀਲੈਂਡ ਹਾਈ ਕਮਿਸ਼ਨ ਮੈਂ ਕਹੂੰਗਾ US ਤੋਂ ਬਾਅਦ ਜੇਕਰ ਮਤਲਬ ਚੰਗੀ ਤਰ੍ਹਾਂ ਕੋਈ ਨਿਚੋੜਦਾ ਤਾਂ ਨਿਊਜ਼ੀਲੈਂਡ ਹਾਈ ਕਮਿਸ਼ਨ ਜਦੋਂ ਇੰਟਰਵਿਊ ਬੁਲਾਉਂਦੇ ਆ ਦੇਖੀਆਂ ਹੋਈਆਂ ਚੀਜ਼ਾਂ ਸਟੂਡੈਂਟ ਜਦੋਂ ਆ ਕੇ ਗੱਲਾਂ ਦੱਸਦੇ ਆ ਐਕਸਪੀਰੀਅੰਸ ਹੋਰ ਵਾਧਾ ਹੁੰਦਾ ਕਿਉਂਕਿ ਜਦੋਂ ਇੱਕ ਬੰਦੇ ਦੇ ਨਾਲ ਅਸੀਂ ਗੱਲਾਂ ਇੱਥੇ ਦੱਸਦੇ ਆ ਲੋਕਾਂ ਦੀਆਂ ਸਟੋਰੀਜ਼ ਦੱਸੀਦੀਆਂ ਆਹ ਚੀਜ਼ਾਂ ਹੋਈਆਂ ਜੀ ਲੋਕਾਂ ਦੇ ਨਾਲ ਬਟ ਜਦੋਂ ਜਿਹਦੇ ਸਿਰ ਵਾਪਰਦੀ ਹੈ ਜਿਹਦੇ ਉਹ ਕਹਿੰਦੇ ਨਾ ਚੁੰਡੀ ਵਟਿੰਦੀ ਉਸੇ ਪਿੰਡੇ ਪਤਾ ਲੱਗਦਾ ਕਿ ਹਾਂ ਯਾਰ ਕਿ ਦਰਦ ਕਿੰਨਾ ਹੋਇਆ ਦੂਜਾ ਤੇ ਜਾ ਕੇ ਉਹਨੂੰ ਸਿਰਫ ਸਲਾਹ ਸਕਦਾ ਜਾਂ ਮਰਹਮ ਲਵਾ ਸਕਦਾ ਜਾਂ ਦਵਾਈ ਲੈ ਕੇ ਦੇ ਸਕਦਾ ਬਟ ਅਥਰੂ ਅੰਦਰ ਦਰਦ ਕੀ ਹੈ ਉਸ ਬੰਦੇ ਨੂੰ ਪਤਾ ਸੋ ਗੈਪ ਦਾ ਜਿਹੜਾ ਸੀ ਉਸ ਬੰਦੇ ਦਾ ਕੀ ਹੈ ਲਾਈਵ ਐਗਜ਼ਾਮਪਲ ਹੈ ਮੈਂ ਉਹ ਸ਼ੇਅਰ ਕਰਨ ਲੱਗਾ ਕਿ ਵੀ ਕਿਸ ਤਰੀਕੇ ਦੀ ਇੰਟਰਵਿਊ ਹੋ ਸਕਦੀ ਹੈ ਉੱਧਰੋਂ ਬੱਚੇ ਨੂੰ ਕਾਲ ਕੀਤਾ ਗਿਆ ਕਿ ਹਾਂਜੀ ਜੀ ਕਿ ਵੀ ਤੂੰ ਕਿਹੜੇ ਸਾਲ ਤੋਂ ਕਿਹੜੇ ਸਾਲ ਕੰਮ ਕੀਤਾ ਬੱਚਾ ਕਹਿੰਦਾ ਜੀ ਮੈਂ 2012 ਤੋਂ ਲੈ ਕੇ 2013 ਇੱਕ ਸਾਲ ਜੀ ਆ ਫਲਾਣੀ ਜਗ੍ਹਾ ਐਜ਼ ਅ ਕੰਪਿਊਟਰ ਓਪਰੇਟਰ ਕੰਮ ਕਰ ਰਿਹਾ ਸੀ ਕਹਿੰਦਾ ਕਿੰਨੀ ਤਰੀਕ ਨੂੰ ਜੁਆਇਨ ਕੀਤਾ ਕਹਿੰਦਾ ਜੀ 19 ਤਰੀਕ ਨੂੰ ਜੁਆਇਨ ਕੀਤਾ ਕਹਿੰਦਾ ਜੀ ਕਿੰਨੀ ਤਰੀਕ ਨੂੰ ਤੇਰੀ ਕੋਰਸ ਆਪਣਾ ਜਿਹੜਾ ਵਾ ਉੱਥੇ ਕੰਮ ਖਤਮ ਹੋਇਆ ਕਹਿੰਦਾ ਜੀ 19 ਤਰੀਕ ਨੂੰ ਕਿੰਨੀ ਸੈਲਰੀ ਲੈਂਦਾ ਸੀ ਕਹਿੰਦਾ ਜੀ 19 ਲੈਂਦਾ ਤੇਰਾ ਰਿਪੋਰਟਿੰਗ ਬੌਸ ਕੌਣ ਸੀ ਜੀ ਆਹ ਮੇਰਾ ਸੀ ਸੈਲਰੀ ਕੈਸ਼ ਸੀ ਕਿ ਬੈਂਕ ਦੇ ਵਿੱਚ ਸੀ ਜੀ ਕੈਸ਼ ਹੈਗੀ ਸੀ ਅੱਛਾ ਚਲੋ ਠੀਕ ਹੈ ਜੀ 1 ਮਿੰਟ ਹੋਲਡ ਰੱਖੋ ਜੀ ਦੂਜੇ ਬੰਨੇ ਫੋਨ ਕਰਕੇ ਇੰਪਲੋਇਰ ਨੂੰ ਲਾਈਨ ਤੇ ਲੈ ਲਿਆ ਉਹੀ ਸਵਾਲ ਉਹਨੂੰ ਦੇਅਰ ਐਂਡ ਦੈਨ ਮੌਕਾ ਨਹੀਂ ਦਿੱਤਾ ਦੇਅਰ ਐਂਡ ਦੈਨ ਪੁੱਛੇ ਕਿ ਹਾਂਜੀ ਜੀ ਕੀ ਹੈ ਉਹਦਾ ਦੱਸੋ ਕਿ ਵੀ ਆਪਣਾ ਇਹ ਬੰਦਾ ਆ ਕਿਹੜੀ ਡੇਟ ਤੋਂ ਕੰਮ ਕਰਦਾ ਸੀ ਉਹ ਸਾਰੇ ਕੁਐਸਚਨਸ ਉਹਦੇ ਮੈਚ ਕਰ ਗਏ ਲਾਸਟ ਤੇ ਉਹਨੇ ਇੱਕ ਸਵਾਲ ਪੁੱਛ ਲਿਆ ਕਹਿੰਦੇ ਜੀ ਕਿ ਵੀ ਜਦੋਂ ਤੂੰ ਆਪਣਾ ਇੱਥੋਂ ਜਿੱਥੇ ਤੂੰ ਕੰਮ ਕਰਦਾ ਇੱਥੋਂ ਤੇਰਾ ਘਰ ਕਿੰਨੀ ਦੂਰ ਹੈ ਉਹਨੂੰ ਪੁੱਛਦੇ ਜੀ ਇਹਦਾ ਘਰ ਕਿੰਨੀ ਦੂਰ ਹੈ ਲਾਸਟ ਦੇ ਉੱਤੇ ਉਹਨੇ ਇੱਕ ਸਵਾਲ ਦੇ ਉੱਤੇ ਅੜਾ ਲਿਆ ਕਿ ਵੀ ਸਵੇਰੇ ਆ ਕੇ ਇੱਥੇ ਤੁਹਾਡੇ ਜਿਹੜੇ ਕਹਿੰਦੇ ਕਿੰਨੇ ਕੰਮ ਕਰਦੇ ਕਹਿੰਦੇ ਛੋਟਾ ਕੰਪਿਊਟਰ ਇੰਸਟੀਚਿਊਟ ਹੈ ਜੀ 5 ਬੰਦੇ ਕੰਮ ਕਰਦੇ ਆ ਕਹਿੰਦੇ ਜੀ ਸਵੇਰੇ ਆ ਕੇ ਜਦੋਂ ਤੁਸੀਂ ਪਹਿਲਾ ਕੰਮ ਕੀ ਕਰਦੇ ਹੋ ਉਧਰ ਸਵਾਲ ਗਲਤ ਸੀ ਤੇ ਇੱਧਰ ਬੌਸ ਨੇ ਕਹਿਤਾ ਜੀ ਮੈਂ ਸਭ ਤੋਂ ਪਹਿਲੇ ਮੀਟਿੰਗ ਲੈਣਾ ਉਹ ਕਹਿੰਦਾ ਜੀ ਉਹਨੂੰ ਪੁੱਛੇ ਤੇਰੇ ਬੌਸ ਨੇ ਮੀਟਿੰਗ ਕਦੋਂ ਲਿੱਤੀ ਉਹ ਕਹਿੰਦਾ ਜੀ ਮੈਨੂੰ ਯਾਦ ਨਹੀਂ ਜੀ ਕਦੋਂ ਮੀਟਿੰਗ ਲਿੱਤੀ ਸੋ ਉਹ ਤੇ ਕਲੈਸ਼ ਚੀਜ਼ ਕਰ ਗਈ ਕਿ ਆਹ ਚੀਜ਼ ਹੈ ਸੋ ਪੌਣੇ ਘੰਟੇ ਦੀ ਬੰਦੇ ਦੀ ਇੰਟਰਵਿਊ ਹੋਈ ਇਸੇ ਤਰੀਕੇ ਹਸਬੈਂਡ ਵਾਈਫ ਦੇ ਕੇਸਿਸ ਵੀ ਹੁੰਦੇ ਕਿ ਵੀ ਇੱਕ ਬੰਨੇ ਹਸਬੈਂਡ ਨੂੰ ਲੈ ਲਿਆ ਦੂਸਰੇ ਬੰਨੇ ਵਾਈਫ ਨੂੰ ਲੈ ਲਿਆ ਕੌਣ ਕਾਲ ਤੇ ਨਹੀਂ ਵੱਖਰੇ ਵੱਖਰੇ ਕਾਲ ਦੇ ਉੱਤੇ ਤੇ ਨਾਲ ਦੇ ਨਾਲ ਕ੍ਰੋਸ ਕੁਐਸਚਨਿੰਗ ਹੁੰਦੀ ਹੈ ਸੋ ਨਿਊਜ਼ੀਲੈਂਡ ਦੇ ਵਿੱਚ ਟੇਪ ਵੀ ਹੁੰਦੀ ਹੈ ਰਿਕਾਰਡ ਵੀ ਮੇਨਟੇਨ ਰਿਕਾਰਡਿੰਗ ਤੇ ਹੋਣੀ ਹੋਣੀ ਹੈ ਨਾਲ ਦੇ ਨਾਲ ਜਿਹੜੀ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਨਿਊਜ਼ੀਲੈਂਡ ਦੇ ਵਿੱਚ
ਸਾਡੇ ਤੋਂ ਵੀ ਸਿਆਣੇ ਸਿਆਣੇ ਮਾਰਕੀਟ 'ਚ ਬਹੁਤ ਬੈਠੇ ਹੋਏ ਜੀ, ਬਹੁਤ ਧਨੰਦਰ ਬੰਦੇ ਆ, ਆਹ ਵੀ ਹੋ ਜੂਗਾ, ਉਹ ਵੀ ਹੋ ਜੂਗਾ, ਕਈਆਂ ਲੋਕਾਂ ਦੀਆਂ ਤਾਂ ਸੈਟਿੰਗਾਂ ਵੀ ਹੈਗੀਆਂ ਇਹ ਉਹ ਜਿਹੜੇ ਹੈਗੇ ਆ ਕਿ ਬੰਦੇ ਉਹ ਜਦੋਂ ਮਿਸਗਾਈਡ ਕਰਦੇ ਹਨ ਉੱਧਰ ਜਾਂਦੇ ਹਨ ਅਤੇ ਜਦੋਂ ਅੱਗੇ ਰਿਫਿਊਜ਼ਲ ਹੁੰਦੀ ਹੈ ਉਦੋਂ ਸਮਝ ਆਉਂਦੀ ਹੈ, ਉਦੋਂ ਅੱਖਾਂ ਖੁੱਲਦੀਆਂ ਕਿ ਯਾਰ ਆਹ ਵਾਲੀ ਚੀਜ਼ ਜਿਹੜੀ ਹੈਗੀ ਹੈ ਕਿ ਇਹ ਸਿਸਟਮ ਹੁਣ ਖਰਾਬ ਹੋ ਗਿਆ। ਜਿਸ ਤਰੀਕੇ ਮੈਂ ਜਾਂਦੇ ਜਾਂਦੇ ਸ਼ੋਅ ਦਾ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਪਰ ਦੋ ਕੁ ਮਿੰਟ ਲਾਂਗਾ ਰਣਬੀਰ ਜੀ ਕਿ ਵੀ ਗਲਤ ਹੱਥਾਂ ਦੇ ਵਿੱਚ ਨਾ ਫਸੋ ਕਿ ਜਿਹੜਾ ਨਿਊਜ਼ੀਲੈਂਡ ਦਾ ਹੁਣ ਅਗਲਾ ਮੋਰਲਾ ਜਿਹੜਾ ਸਾਲ ਹੈ ਉਹ ਚੜ੍ਹਨ ਵਾਲਾ ਕਿ ਵੀ ਜਿਨ੍ਹਾਂ ਨੇ ਵੀ ਆ 2012 'ਚ 12ਵੀਂ ਕੀਤੀ 13 'ਚ ਕੀਤੀ ਆਸਟ੍ਰੇਲੀਆ ਐਪਲੀਕੇਸ਼ਨ ਲਾਈ ਹੋਈ ਹੈ, ਆਸਟ੍ਰੇਲੀਆ ਦਾ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ, ਕੋਈ ਕੈਨੇਡਾ ਤੋਂ ਐਪਲੀਕੇਸ਼ਨ ਰਿਜੈਕਸ਼ਨ ਹੈ ਜਾਂ ਕਿਤੋਂ ਹੋਰ ਹੈ, ਇੱਕ ਵਾਰ ਆ ਕੇ ਨਿਊਜ਼ੀਲੈਂਡ ਲਈ ਅਪਲਾਈ ਕਰਨਾ ਚਾਹੁੰਦੇ ਕਰ ਸਕਦੇ ਆ। ਜਿਹੜੇ ਬੰਦੇ ਨਿਊਜ਼ੀਲੈਂਡ ਆਲਰੇਡੀ ਬੈਠੇ ਆ ਉੱਥੇ ਕੋਈ ਸਮੱਸਿਆ ਆ ਰਹੀ ਹੈਗੀ ਹੈ, ਉਹਦੇ ਲਈ ਸਾਰਿਆਂ ਲਈ ਖੁਸ਼ਖਬਰੀ ਹੈ, ਚਾਹੇ ਤੁਹਾਡਾ ਬੱਚਾ ਆਸਟ੍ਰੇਲੀਆ ਬੈਠਾ, ਚਾਹੇ ਤੁਹਾਡਾ ਬੱਚਾ ਨਿਊਜ਼ੀਲੈਂਡ ਬੈਠਾ, ਚਾਹੇ ਤੁਹਾਡਾ ਬੱਚਾ ਕੈਨੇਡਾ ਬੈਠਾ, ਚਾਹੇ ਯੂਕੇ ਬੈਠਾ, ਯੂਕੇ ਤਾਂ ਆਪ ਹੀ ਬੈਠੇ ਹੋਏ ਆ, ਠੀਕ ਹੈ। ਸੋ ਇਹ ਚਾਰਾਂ ਚੀਜ਼ਾਂ ਚਾਰਾਂ ਦੇਸ਼ਾਂ ਦੇ ਵਿੱਚ ਸਾਡੀ ਅੱਜ ਦੀ ਡੇਟ 'ਚ ESS ਤੋਂ ESS ਗਲੋਬਲ ਦਾ ਜਿਹੜਾ ਸਫ਼ਰ ਹੈ ਉਹ ਇਹੀ ਹੈਗਾ ਸੀ ਕਿ ਵੀ ਗਲੋਬਲੀ ਆਪਣੀ ਕੰਪਨੀ ਦੀ ਜਿਹੜੀ ਹੈ ਕਿ ਉੱਥੇ ਪ੍ਰੈਜੈਂਸ ਬਣਾਉਣੀ ਕਿ ਹਰ ਦੇਸ਼ ਦੇ ਵਿੱਚ ਜੇਕਰ ਅੱਜ ਹਰ ਇੱਕ ਕੰਟਰੀ ਨੂੰ ਅਸੀਂ ਰਿਪ੍ਰਜੈਂਟ ਕਰ ਰਹੇ ਹਾਂ, ਹਰ ਇੱਕ ਕੰਟਰੀ ਦੇ ਵਿੱਚ ਸਾਡੀ ਆਪਣੀ ਪ੍ਰੈਜੈਂਸ ਹੈਗੀ ਹੈ, ਤੁਹਾਡਾ ਬੱਚਾ ਕੈਨੇਡਾ ਪੜ੍ਹ ਰਿਹਾ ਉਹਨੂੰ ਅੱਗੇ ਵਰਕ ਪਰਮਿਟ ਲੈਣ ਦੇ ਵਿੱਚ ਜਾਂ ਫਿਰ ਉਹਨੂੰ ਅੱਗੇ ਆਪਣਾ PR ਲੈਣ 'ਚ ਕੋਈ ਦਿੱਕਤ ਹੈ ਕੰਸਲਟ ਕਰ ਸਕਦੇ ਆ, ਜਿਹੜੇ ਸਾਡੇ ਪੈਨਲ ਦੇ ਉੱਤੇ ਸੋਲੀਸੀਟਰ ਸਾਡੀ ਟੀਮ ਦੇ ਬੈਠੇ ਆ ਉਹ ਅੱਗੇ ਉਹਨਾਂ ਨੂੰ ਆਪਣਾ ਜਿਹੜਾ ਵਾ ਹੈਲਪ ਕਰ ਸਕਦੇ ਆ। ਨਿਊਜ਼ੀਲੈਂਡ ਸਾਡੇ ਥਰੂ ਗਿਆ, ਉਹਦੇ ਅੱਗੇ ਵੀ ਕੋਈ ਵੀ ਐਕਸਟੈਂਸ਼ਨ ਨੂੰ ਲੈ ਕੇ ਸਾਡੀ ਆਪਣੀ ਰਿਸਪੋਂਸੀਬਿਲਿਟੀ ਬਣਦੀ ਹੈ, ਜੇਕਰ ਆਲਰੇਡੀ ਉੱਥੇ ਕਿਸੇ ਹੋਰ ਦੇ ਥਰੂ ਗਿਆ ਕਿਸੇ ਵੀ ਤਰੀਕੇ ਦੀ ਕੋਈ ਅਸਿਸਟੈਂਸ ਚਾਹੀਦੀ ਹੈ। ਅੱਜ ਦੀ ਡੇਟ ਦੇ ਵਿੱਚ ਦੋ ਬੰਦੇ ਇਹ ਆਪਣਾ ਜਿਹੜਾ ਵਾ ਪੈਨਲ ਦੇ ਉੱਤੇ ਹੈ, ਇਹ ਛੇਤੀ ਹੀ ਉਹਨਾਂ ਨੂੰ ਵਾਰੋ ਵਾਰੀ ਸਾਰੇ ਗੋਰਿਆਂ ਨੂੰ ਆਪਾਂ ਜਿਹੜਾ ਇਸ ਮੰਚ 'ਤੇ ਵੀ ਲਿਆਉਣ ਦੀ ਇਹ ਜਿਹੜਾ ਵਾ ਉਹ ਮੁਹਿੰਮ ਚਾਲੂ ਹੈ, ਜਨਵਰੀ ਆਨਵਰਡਸ ਉਹ ਵੀ ਸ਼ੁਰੂ ਹੋ ਜਾਣਗੇ। ਆਸਟ੍ਰੇਲੀਆ ਦੇ ਵਿੱਚ ਮੈਂ ਦੱਸਿਆ ਸੀ ਕਿ ਵੀ ਇਹ ਨੰਬਰ ਆਫ ਮਾਰਾ ਏਜੰਟਸ ਜਿਹੜੇ ਆ ਗਏ ਹੋਏ ਨੇ ਆਪਣਾ ਔਰ ਤੇ ਪੈਨਲ 'ਤੇ, ਸੋ ਕਿਸੇ ਨੇ ਵੀ ਆਸਟ੍ਰੇਲੀਆ ਤੁਹਾਡੇ ਆਲਰੇਡੀ ਬੱਚੇ ਗਏ ਹੈ ਚਾਹੇ ਸਾਡੇ ਥਰੂ ਗਏ ਕਿਤੇ ਗਏ ਹੈ, ਅੱਗੇ ਇਹ ਕਿਸੇ ਵੀ ਤਰੀਕੇ ਦੀ ਕੋਈ ਸਮੱਸਿਆ ਆ ਰਹੀ ਹੈ ਉਹ ਸਾਡੇ ਨਾਲ ਕੰਸਲਟ ਕਰ ਸਕਦੇ ਹੈ, ਉੱਥੇ ਅਪੁਆਇੰਟਮੈਂਟ ਲੈ ਸਕਦੇ ਹੈਗੇ ਹੈ। ਸੋ ਅੱਗੇ ਕਿਸੇ ਵੀ ਕੰਟਰੀ ਅਪਲਾਈ ਕਰਨਾ ਇਕੱਲਾ ਇੱਥੋਂ ਵੀਜ਼ਾ ਲਵਾ ਕੇ ਟਾਟਾ ਬਾਏ ਬਾਏ ਨਹੀਂ ਗਈ ਕਿ ਵੀ ਅੱਗੇ ਵੀ ਜਾ ਕੇ ਜਿਸ ਤਰੀਕੇ ਸਾਡਾ ਯੂਕੇ ਦੇ ਵਿੱਚ ਸੀ ਉਸੇ ਤਰੀਕੇ ਕੈਨੇਡਾ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਉੱਥੇ ਜਾ ਕੇ ਵੀ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਹੈਲਪ ਚਾਹੀਦੀ ਹੈ ਉਹ ਮਿਲਦੀ ਹੈ। ਨਾਲ ਦੇ ਨਾਲ ESS ਗਲੋਬਲ ਦੇ ਇੱਕ ਹੋਰ ਉਪਰਾਲਾ ਕੀਤਾ ਗਿਆ, ਜਦੋਂ ਵੀ ਕਿਰਨਵੀਰ ਜੀ ਸਮੈਸਟਰ ਖਤਮ ਹੁੰਦਾ ਜਿੱਦਾਂ ਅੱਜ ਇੱਕ ਸਮੈਸਟਰ ਹੋ ਗਿਆ ਜਨਵਰੀ ਸਮੈਸਟਰ ਹੈ, ਜਨਵਰੀ ਸਮੈਸਟਰ ਦੀ ਜਦੋਂ ਸਾਰੇ ਸਟੂਡੈਂਟਸ ਨੇ ਇੱਥੋਂ ਜਾਣਾ ਵਾਰੋ ਵਾਰੀ ਆਪਣੀ ਆਪਣੀ ਫਲਾਈਟ ਕਰਾ ਕੇ ਜਾਂਦੇ ਰਹਿੰਦੇ, ਸੋ ਜਦੋਂ ਉੱਥੇ ਜਾਣਾ ਵਾ ਔਨ ਦਾ ਟਾਈਮ ਆਫ ਇਨਰੋਲਮੈਂਟ ESS ਗਲੋਬਲ ਦਾ ਇੱਕ ਬੰਦਾ ਉੱਥੇ ਤੁਹਾਨੂੰ ਹਾਜ਼ਰ ਮਿਲੂਗਾ ਕਿ ਜੇਕਰ ਕਿਸੇ ਨੂੰ ਉੱਥੇ ਰਹਿਣ ਦੀ ਕੋਈ ਪ੍ਰੋਬਲਮ ਆ ਗਈ ਜਾਂ ਉੱਥੇ ਤੁਹਾਨੂੰ ਜਿਹੜਾ ਵਾ ਕੰਮ ਨੂੰ ਲੈ ਕੇ ਕੁਝ ਚੀਜ਼ਾਂ ਸਮਝ ਨਹੀਂ ਆ ਰਹੀਆਂ ਹੈਗੀਆਂ, ਯੂਨੀਵਰਸਿਟੀ ਜਾਂ ਕੋਰਸਿਸ ਚੇਂਜਸ ਕਰਨੇ ਆ ਜਾਂ ਕਿਸੇ ਵੀ ਤਰੀਕੇ ਦੀ ਕੋਈ ਅਸਿਸਟੈਂਸ ਚਾਹੀਦੀ ਹੈ, ਅਤੇ ਉੱਥੇ ਜਿਹੜਾ ਵਾ ਆਪਣੀ ਸਾਡੀ ਇੱਥੋਂ ਜਿਹੜੀ ਲੋਕਲੀ ਜਿਨ੍ਹਾਂ ਨੂੰ ਤੁਸੀਂ ਇੱਥੇ ਦਫ਼ਤਰਾਂ ਦੇ ਵਿੱਚ ਮਿਲਦੇ ਰਹਿੰਦੇ ਹੋ ਟੀਮ 'ਚੋਂ ਇੱਕ ਬੰਦਾ ਉੱਥੇ ਇੱਕ ਸਮੈਸਟਰ 'ਤੇ ਜਾਊਗਾ, ਕਿਉਂਕਿ ਜੇ ਕੈਨੇਡਾ ਸਮੈਸਟਰ ਜਾ ਰਿਹਾ ਹੁਣ ਕੈਨੇਡਾ ਦੇ ਅੱਗੇ ਮਈ ਆਪਣਾ ਮਈ ਇਨਟੇਕ ਲਈ ਜਾਊਗਾ ਉਦੋਂ ਭੇਜਾਂਗੇ। ਜਨਵਰੀ ਦਾ ਇਹ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਜਿਹੜਾ ਸਾਡਾ ਇਹ ਹੁਣ ਬੈਚ ਗਿਆ ਅਤੇ ਉੱਥੇ ਜਿਹੜਾ ਵਾ ਨਾਲ ਦੇ ਨਾਲ ਬੰਦਾ ਉੱਥੇ ਹੋਊਗਾ ਇਨਰੋਲਮੈਂਟ ਵਾਸਤੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਗੁਰਿੰਦਰ ਜੀ। ਜਦੋਂ ਮੈਂ ਨਿਊਜ਼ੀਲੈਂਡ ਗਿਆ ਸੀ ਤਾਂ ਇੱਕ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕੁਝ ਲਾਈਨਾਂ ਜਿਹੜੀਆਂ ਲਿਖੀਆਂ ਸੀ, ਦੋ ਵਾਰੀ ਮੈਂ ਇਸ ਚੈਨਲ ਤੋਂ ਬੋਲ ਵੀ ਚੁੱਕਿਆ, ਅੱਜ ਫਿਰ ਇੱਕ ਵਾਰੀ ਬੋਲੂੰਗਾ, ਕਿਉਂਕਿ ਨਿਊਜ਼ੀਲੈਂਡ ਇੱਕ ਅਜਿਹਾ ਦੇਸ਼ ਹੈਗਾ ਜਿਹੜਾ ਤੁਹਾਨੂੰ ਇੱਕ ਵਾਰੀ ਜਾਣ ਤੋਂ ਆਉਣ ਤੱਕ ਬੰਨ੍ਹ ਲੈਂਦਾ ਹੈਗਾ। ਮੈਂ ਆਕਲੈਂਡ ਦੇ ਵਿੱਚ ਦੋ ਉਤਰਿਆ ਸੀ ਗੁਰਿੰਦਰ ਜੀ, ਉਹ ਬਹੁਤ ਖੂਬਸੂਰਤ ਮੇਰੇ ਲਾਈਨ ਅੱਜ ਵੀ ਯਾਦ ਨੇ ਕਿ ਆਕਲੈਂਡ ਵਿੱਚ ਹੋ ਕੇ ਲੈਂਡ, ਟੌਰੰਗਾ ਦੇ ਦੇਖੇ ਰੰਗ, ਰੋਟੋਰੂਆ ਦੀ ਖਾ ਕੇ ਰੋਟੀ, ਲਾ ਕੇ ਗੇੜੀ ਛੋਟੀ ਮੋਟੀ, ਸੀਤ ਹਵਾ ਜਦ ਤਨ ਨੂੰ ਛੂਹੇ ਫਿਰ ਅਸੁਰਗ ਦਾ ਝੂਟਾ ਆਵੇ, ਵੇਖ ਨਜ਼ਾਰੇ ਨਿਊਜ਼ੀਲੈਂਡ ਦੇ, ਵਾਪਸ ਮੁੜਨਾ ਕਿਹੜਾ ਚਾਹੇ। ਸੋ ਵਾਪਸ ਨਾ ਮੁੜੋ, ਸੋ ਉੱਥੋਂ ਦੇ ਨਜ਼ਾਰੇ ਪੂਰੀ ਜ਼ਿੰਦਗੀ ਲਓ। ਇਹਦੇ ਲਈ ਸਭ ਤੋਂ ਵਧੀਆ ਤਰੀਕਾ ਕਿ ਆਪਣੇ ਕੰਸਲਟੈਂਟਸ ਦੀ ਸਹੀ ਚੋਣ, ਸਹੀ ਕਾਲਜ, ਸਹੀ ਕੋਰਸ। ਮੈਂ ਅੱਜ ਤੋਂ ਇੱਕ ਸਾਲ ਪਹਿਲਾਂ ਇੱਕ ਸਲੋਗਨ ਸ਼ੁਰੂ ਕੀਤਾ ਸੀ ਨਾਰਾ ਕਿ ਕੱਕਾ ਜਿਹੜਾ ਹੈਗਾ ਕੰਸਲਟੈਂਟਸ ਕੰਟਰੀ ਕੋਰਸ ਐਂਡ ਕਾਲਜ, ਇਹਨੂੰ ਚੁਣੋ, ਨਹੀਂ ਤਾਂ ਜਿਹੜੇ ਸਵਾਲ ਨੇ ਪੰਜਾਬੀ 'ਚ ਉਹ ਵੀ ਕੱਕੇ ਤੋਂ ਹੀ ਪੈਦਾ ਹੁੰਦੇ ਨੇ, ਕਿਉਂ, ਕਿਵੇਂ, ਕਿੱਥੇ, ਫਿਰ ਸਭ ਤੋਂ ਲਾਸਟ ਜਾ ਜਾਂਦੀ ਹੈ, ਕਿਸਮਤ ਉਹ ਵੀ ਕੱਕੇ ਤੋਂ ਸ਼ੁਰੂ ਹੁੰਦੀ ਹੈ। ਸੋ ਕੱਕਾ ਪੈਦਾ ਨਹੀਂ ਕਰਨਾ, ਮਤਲਬ ਜਦੋਂ ਤੁਸੀਂ ਅੱਜ ਬਾਹਰ ਜਾਣ ਦਾ ਇੱਕ ਆਪਣਾ ਇੱਕ ਜਿੱਥੇ ਜ਼ਿੰਦਗੀ ਚੇਂਜ ਹੋਣ ਦਾ ਟਾਈਮ ਹੈ ਕਿ ਜਾਂ ਆਪਾਂ ਇੱਧਰ ਆ ਬਹੁਤ ਉੱਤੇ ਚੱਲ ਜਾਂਦੇ ਹਾਂ, ਉੱਥੇ ਜਾ ਕੇ ਵੀ ਆਪਾਂ ਫੇਲ ਹੋ ਜਾਂਦੇ ਹਾਂ। ਸੋ ਜਦੋਂ ਇੱਕ ਕੰਪਨੀ ਕਿ ਜਿਹਦੀ ਵੀ ਇੱਥੇ ਵੀ ਉਨੀ ਕੁ ਉਹ ਪ੍ਰੈਜੈਂਸ ਹੈ ਜਿੰਨੀ ਕੁ ਉੱਥੇ ਹੈ, ਸੋ ਇਹ ਬੰਦੇ ਨੂੰ ਮੇਨ ਚਾਹੀਦਾ ਹੁੰਦਾ ਵੇ ਕਿ ਵੀ ਮੈਂ ਇੱਥੋਂ ਇੱਕ ਫੈਮਿਲੀਅਰ ਹੋ ਗਿਆ ਇਹਨਾਂ ਦੇ ਸਟਾਫ ਦੇ ਨਾਲ ਕਿ ਜਿਨ੍ਹਾਂ ਨੇ 2-3 ਮਹੀਨੇ ਲਾ ਕੇ ਮੇਰਾ ਕੇਸ ਕੀਤਾ, ਹੁਣ ਜੇਕਰ ਮੈਨੂੰ ਉੱਥੇ ਵੀ ਜਾ ਕੇ ਕੋਈ ਸਮੱਸਿਆ ਆਵੇ ਤਾਂ ਇਹ ਬੈਠੇ ਹੋਏ ਮੈਨੂੰ ਹੋਰ ਕੀ ਚਾਹੀਦਾ ਵੱਖਰਾ ਨਜ਼ਰ। ਸੋ ਇੱਕ ਕੈਨੇਡਾ, ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਆ 3 ਸੀ ਕਿ ਜਿਹਦੇ ਵਿੱਚ ਸਾਡੀ ਆਪਣੀ ਪਰਸਨਲ ਪ੍ਰੈਜੈਂਸ ਨਹੀਂ ਸੀਗੀ, ਸੋ ਇਹਨਾਂ 3 ਦੇਸ਼ਾਂ ਦੇ ਵਿੱਚ ਕਿ ਜਦੋਂ ਹੁਣ ਤੁਸੀਂ ਉੱਥੇ ਜਾ ਕੇ
ਕਾਲਜਾਂ ਦੇ ਵਿੱਚ ਪੜੋਗੇ ਤੇ ਉੱਥੇ ਵੀ ਇੱਕ ਦਫ਼ਤਰ ਮਿਲੂਗਾ ESS ਗਲੋਬਲ ਦਾ ਉੱਥੇ ਵੀ ਦਫ਼ਤਰ ਮਿਲੂਗਾ ਜਿਹੜੇ ਮੈਨੂੰ ਕਹਿੰਦੇ ਹੋਏ ਇੱਕ ਬੜਾ ਪ੍ਰਾਊਡ ਫੀਲ ਹੋ ਰਿਹਾ ਔਰ ਇਹ ਅੱਜ ਜੇਕਰ ਸਫਲ ਹੋ ਪਾਇਆ ਔਰ ਇਹਦੇ ਵਿੱਚ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਤੇ ਤੁਹਾਡੇ ਸਾਰਿਆਂ ਦੀ ਰਹਿਮਤ ਉਸ ਪਰਮਾਤਮਾ ਦੀ ਰਜ਼ਾ ਤੇ ਤੁਹਾਡੀ ਮਿਹਨਤ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਦਰਸ਼ਕਾਂ ਦਾ ਵੀ ਧੰਨਵਾਦ ਅਗਲੇ ਸ਼ੋਅ ਦੇ ਵਿੱਚ ਮਿਲਾਂਗੇ ਆਸਟ੍ਰੇਲੀਆ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੀ ਸਿਲੈਕਸ਼ਨਸ ਆਫ ਕਾਲਜ ਐਂਡ ਕੋਰਸਿਸ ਹੈਗੇ ਕਿਸ ਚੀਜ਼ ਦਾ ਧਿਆਨ ਰੱਖਿਆ ਜਾਵੇ ਅਗਲੇ ਸ਼ੋਅ ਦੇ ਵਿੱਚ ਗੱਲਾਂ ਕਰਾਂਗੇ ਉਦੋਂ ਤੱਕ ਲਈ ਗੁਰਿੰਦਰ ਭੱਟੀ ਨੂੰ ਤੇ ਮੈਨੂੰ ਰਣਬੀਰ ਸਿੰਘ ਨੂੰ ਅੱਗੇ ਦੇ ਧੰਨਵਾਦ ਸਤਿ ਸ਼੍ਰੀ ਅਕਾਲ ਨਿਊਜ਼ੀਲੈਂਡ ਦੀ ਸਟੱਡੀ ਲਈ ਦੇਰੀ ਕਿਉਂ ਉੱਠੋ ਤੇ ਕਾਲ ਕਰੋ ESS ਗਲੋਬਲ ਨੂੰ ਤੇ ਪਾਓ ਵੀਜ਼ਾ ਸਮੇਤ ਪੂਰੀ ਕਰੀਅਰ ਕਾਉਂਸਲਿੰਗ ਦੀ ਜਾਣਕਾਰੀ ਵਿਦੇਸ਼ ਜਾਣ ਦੇ ਤੁਹਾਡੇ ਸੁਪਨੇ ਪੂਰੇ ਕਰੇਗੀ ਸਾਡੀ ਐਕਸਪਰਟ ਟੀਮ ਕੰਟੈਕਟ ESS ਗਲੋਬਲ 9988335011